ऐसा नाम, ऐसा नाम, ऐसा नाम निरंजन हो, ऐसा नाम, ऐसा नाम, ऐसा नाम निरंजन हो, ऐसा नाम, ऐसा नाम, ऐसा नाम निरंजन हो, जे को मन जाने मन कोए, जे को मन जाने मन कोए, ऐसा नाम, ऐसा नाम, ਉਹਨਾਂ ਦੀ ਅੰਤਮ ਅਰਦਾਸ ਦੇ ਸੰਬੰਧ ਵਿੱਚ ਇੱਕ ਸੰਗਤ ਦੇ ਰੂਪ ਵਿੱਚ ਆਪਾਂ ਇਕੱਤਰਿਤ ਹੋਏ ਹਾਂ। ਸਤ ਸੰਗਤ ਜੀ, ਅੱਜ ਤੋਂ ਕੁਝ ਸਮਾਂ ਪਹਿਲਾਂ ਅਕਾਲ ਪੁਰਖ ਦੇ ਹੁਕਮ ਅੰਦਰ ਉਹਦੇ ਭਾਣੇ ਵਿੱਚ ਆਪਣੀ ਸਵਾਸਾਂ ਦੀ ਪੂੰਜੀ ਨੂੰ ਖਰਚ ਕਰਦੇ ਹੋਏ ਸ੍ਰੀਮਾਨ ਸਤਿਕਾਰਯੋਗ ਸਰਦਾਰ ਜੋਗਿੰਦਰ ਸਿੰਘ ਸਾਹਿਬ ਜੀ, ਜੋ ਪਰਮਾਤਮਾ ਦੇ ਚਰਨਾਂ ਵਿੱਚ ਜਾਪ ਰਾਜੇ, ਪਿੱਛੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਦੀ ਅਲਾਹੀ ਬਾਣੀ ਦਾ ਉਹ ਆਸਰਾ ਲਿਆ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ, ਰਾਣਾ ਰਾਉ ਨ ਕੋਰ ਹੈ, ਆਪਣਾ ਜੀਵਨ ਬਸਰ ਕਰੀਏ, ਸਮਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ, ਹੋਰ ਵੀ ਬੁਲਾਰੇ ਆਏ ਨੇ।
ਮੈਂ ਕਿਹਨਾਂ ਵੀ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਮਾਪਿਆਂ ਨੂੰ ਸਾਂਭੋ, ਇਹੋ ਅਸਲੀ ਬਾਪੂ ਜੀ ਨੂੰ ਸ਼ਰਧਾਂਜਲੀ ਹੋਵੇਗੀ। ਬੜੀ ਸੋਹਣੀ ਆਰਜਾ ਭੋਗ ਕੇ ਸੰਸਾਰ ਸੰਗਤ ਦਾ ਜਿਨ੍ਹਾਂ ਨੇ ਬੜੀ ਇਕਾਗਰਤਾ ਜਾਤ ਬਖਸ਼ੀ। ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੀ ਹਜ਼ੂਰੀ ਦੇ ਵਿੱਚ ਕੁਝ ਕਹਿਣ ਦੀ ਸਮਰੱਥ ਬਖਸ਼ੀ। ਭਾਈ ਪਰਮਜੀਤ ਸਿੰਘ ਜੀ ਫਾਜ਼ਿਲਕੇ ਵਾਲੇ, ਕਾਫੀ ਦਿਨਾਂ ਦੀ ਜਿੱਦਣ ਦੇ ਬਾਪੂ ਜੀ ਦੀ ਡੈਥ ਹੋਈ ਉਦਣ ਦੇ ਮਗਰ ਲੱਗੇ ਸਨ ਵੀ ਤੁਸੀਂ ਜ਼ਰੂਰ ਆਉਣਾ ਹੈ, ਹਾਜ਼ਰੀ ਭਰਨੀ ਹੈ। ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਬਾਰ ਕਰਵਾਏ। ਅੰਤ ਖਿਮਾ ਦੀ ਅਸੀਸ ਬਖਸ਼ਦੇ ਹੋਏ ਗੁਰਫਤਿਹ ਦੀ ਸਾਂਝ ਪਾਓ। ਸਰਬੱਤ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਧਿਆਗੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ, ਪਿਛਲੇ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਨੇ ਪਰਿਵਾਰ ਨੂੰ ਸਦੀ ਵੀ ਵਿਛੋੜਾ ਦੇ ਗਏ ਨੇ ਉਹਨਾਂ ਦੇ ਨਿਮਿਤ, ਉਹਨਾਂ ਦੇ ਪਰਿਵਾਰ ਵੱਲੋਂ, ਉਹਨਾਂ ਦੇ ਰੂਹ ਦੇ ਭਲੇ ਵਾਸਤੇ। ਆਪਣੇ ਗ੍ਰਹਿ ਵਿਖੇ ਤੁਰਕੀ ਬਾਣੀ ਆਈ ਤਿੰਨ ਸੱਲੀ ਚਿੰਤਾਈ ਦੇ ਸ੍ਰੀ ਖੜਪੜ ਸਾਹਿਬ ਜੀ ਕੇ ਪੜ ਆਰੰਭ ਕਰਵਾਏ ਸਨ। ਅੱਜ ਦੀ ਆਪ ਜੀ ਦੀ ਮਿਹਰ ਦਾ ਸਦਕਾ ਸੰਪੂਰਨ ਹੋ ਪਏ ਨੇ। ਪਰੰਤ ਗੁਰਦੁਆਰਾ ਸਾਹਿਬ ਵਿਖੇ ਆਪ ਜੀ ਦੀ ਹਜ਼ੂਰੀ ਵਿਖੇ ਹਰ ਜਸ ਕੀਰਤਨ ਗਾਇਨ ਹੋਏ ਜੀ, ਕਥਾ ਵਿਚਾਰਾਂ ਹੋਈਆਂ, ਸਤਿਗੁਰ ਜੀਓ ਅਨੰਦ ਸਾਹਿਬ ਦੀਆਂ ਸਹਿ ਪੌੜੀਆਂ ਦੇ ਪਾਠ ਹੋਏ, ਬਾਣੀ ਪੜ੍ਹਦੇ ਹਾਂ, ਅਰਦਾਸ ਬੇਨਤੀ ਕਰਦੇ ਹਾਂ, ਕੀਰਤਨ ਕਰਦੇ ਹਾਂ। ਇੱਕ ਵਾਰੀ ਫਤਿਹ ਸਾਂਝੀ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਅੱਜ ਅਪਾਰ ਕਿਰਪਾ ਹੋਈ ਹੈ ਇਸ ਪਰਿਵਾਰ ਨੂੰ ਇੰਨੇ ਵੱਡੇ ਅਸਹਿ ਵਿਯੋਗ ਜੋ ਹੋਇਆ ਹੈ। ਇੱਕ ਸਰੀਰਕ ਤੌਰ 'ਤੇ ਬਾਪੂ ਸਰਦਾਰ ਜੋਗਿੰਦਰ ਸਿੰਘ ਜੀ ਸਰੀਰਕ ਤੌਰ 'ਤੇ ਵਿਛੋੜਾ ਦੇ ਕੇ ਚਲੇ ਗਏ ਹਨ, ਉਹ ਮੈਨੂੰ ਲੱਗਦਾ ਕਿ ਮੈਨੂੰ ਕਾਫੀ ਸਮਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮਿਲਣ ਦਾ। ਅੱਜ ਬਹੁਤ ਹੀ ਸਤਿਕਾਰਯੋਗ ਬਾਪੂ ਜੋਗਿੰਦਰ ਸਿੰਘ ਹੋਣਾ ਜੀ ਦੀ ਅੰਤਮ ਅਰਦਾਸ ਵਿੱਚ ਅਸੀਂ ਦੂਰੋਂ ਨੇੜੋਂ ਸਾਰੇ ਜੁੜ ਬੈਠੇ ਹਾਂ। ਉਹਨਾਂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੇ ਵਾਸਤੇ ਔਰ ਜਿਹੜੇ ਪੂਰਨੇ ਪਾ ਕੇ ਗਏ, ਜਿਹੜੀਆਂ ਪੈੜਾਂ ਛੱਡ ਕੇ ਗਏ ਹੈ, ਉਹਨਾਂ ਨੂੰ ਆਪਣੇ ਮਨਾਂ ਵਿੱਚ ਸਦੀਵੀ ਵਸਾਉਣ ਦੇ ਵਾਸਤੇ ਆਪਾਂ ਸਾਰੇ ਜੁੜ ਬੈਠੇ ਹਾਂ। ਗੁਰਬਾਣੀ ਦਾ ਮਹਾਵਾਕ ਹੈ, ਮਨ ਲਿਖਾਏ ਮੰਡਲ ਮਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਸਭ ਸਮਾਜ ਦੇ ਜੀਵ ਹਾਂ ਅਤੇ ਜੀਵਾਂ ਵਿੱਚੋਂ ਵੀ ਉੱਤਮ ਜੀਵ ਮਨੁੱਖ ਅਤੇ ਇਸਤਰੀ ਹੈ। ਡਿਵੈਲਪਮੈਂਟ ਜਿੰਨੀ ਤਰੱਕੀ ਇਸਨੇ ਕੀਤੀ ਜਾਂ ਕਰਨੀ ਹੈ, ਸਭ ਡਿਪੈਂਡ ਕੁਦਰਤ ਨੇ ਇਹਨੂੰ ਸਾਰੇ ਉਕਾਰ ਦੇ। ਸ਼ੱਕ ਦੀ ਗੱਲ ਨਹੀਂ ਕਿ ਦੁਨੀਆਂ ਦੇ ਵਿੱਚ ਕੀੜੇ ਵੀ ਹੈ, ਪੰਛੀ ਵੀ ਹੈ, ਜਾਨਵਰ ਵੀ ਹੈ, ਪਰ ਜੋ ਥਿੰਕਿੰਗ ਪਾਵਰ, ਜੋ ਬ੍ਰੇਨ ਆਦਮੀ ਅਤੇ ਇਸਤਰੀ ਨੂੰ ਰੱਬ ਨੇ ਦਿੱਤਾ ਹੈ। ਸੋ ਮੈਂ ਸਾਰੇ ਪਾਠੀ ਸਿੰਘ ਸਾਹਿਬਾਨ ਜਿੰਨਾ ਪਾਵਨ ਪਤਰਬਾਈ ਦੇ ਅਖੰਡ ਪਾਠ ਸਾਹਿਬ ਕੀਤੇ, ਰਾਗੀ ਸਿੰਘ ਸਾਹਿਬਾਨ, ਕਥਾਵਾਚਕ ਸਾਹਿਬਾਨ, ਹੋਰ ਜੋ ਲੰਗਰ ਦੀਆਂ ਸੇਵਾਵਾਂ ਕਰ ਰਹੇ ਨੇ, ਜਿੰਨੇ ਵੀ ਪਰਮੇਸ਼ੁਰ ਦੇ ਪਿਆਰੇ ਸੰਗਤ ਵਿੱਚ ਸੰਤਮ ਅਰਦਾਸ ਸ਼ਾਮਿਲ ਹੋਏ ਹਨ, ਜੋ ਰਿਸ਼ਤੇਦਾਰ ਸਾਧ ਸੰਬੰਧੀ ਇਲਾਕਾ ਨਿਵਾਸੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਆਪਣੀ ਨਿੱਘੀ ਸਾਂਝ ਪਾਈ ਹੈ। ਸੋ ਆਪ ਸਾਰਿਆਂ ਨੇ ਪਰਮੇਸ਼ੁਰ ਦੇ ਦਾਤੇ ਅਰਦਾਸ ਬੇਨਤੀ ਕਰਕੇ ਜਾਣਾ। ਸੰਬਤ ਸਾਹਿਬ ਲਿਖਿਆ, ਮਿਲ ਕਰ ਪਾਓ ਤੇਲ, ਦਿਓ ਸੱਜਣ ਸੀਸਰੀਆਂ, ਜੋ ਹੋਵੇ ਸਾਹਿਬ ਸੇ ਉਮੇਲ।
ਜੋੜੀਏ ਹੱਥ ਸਾਰੀਆਂ ਸੰਗਤਾਂ। ਸਤ ਸੰਗਤ ਜੀ, ਮੈਂ ਆਪ ਜੀ ਨਾਲ ਬਚਨ ਕਰ ਰਿਹਾ। ਸਾਰੀਆਂ ਸੰਗਤਾਂ ਹੱਥ ਜੋੜੋ, ਕਰੋ ਮੁਖ ਪਵਿੱਤਰ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖਤਾ ਦੀ ਸੇਵਾ ਗੁਰੂ ਮਹਾਰਾਜ ਤੋਂ ਸਿੱਧਾ ਲੈ ਕੇ ਕੀਤੀਆਂ। ਇੱਕ ਹੱਸਦਾ ਵੱਸਦਾ ਪਰਿਵਾਰ, ਹੱਸਦਾ ਵੱਸਦਾ ਭਾਈਚਾਰਾ ਛੱਡ ਕੇ, ਬਿਨਾਂ ਕਿਸੇ ਬਿਮਾਰੀ ਤੋਂ, ਬਿਨਾਂ ਕਿਸੇ ਦੁੱਖ ਤਕਲੀਫ ਤੋਂ ਵਾਹਿਗੁਰੂ ਦੇ ਭਾਣੇ ਵਿੱਚ ਉਹਦਾ ਨਾਮ ਜਪਦੇ ਜਪਦੇ 99 ਸਾਲ ਦੀ ਉਮਰ ਜਿਹੜੀ ਉਹ ਪੂਰੀ ਕਰਕੇ ਜਾਗ ਰਚਨਾ ਸਭ ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ, ਹੈ।
Thank you.
Oh.
Ah.
एक शब्द गाँव का हुआ श्री माता जी बोलो बहुत जन्म पिछले थे माधव ये जन्म तुम्हारे देखे सो मैं पूरा शब्द नहीं पढ़ पाऊंगा क्योंकि समा उतना नहीं है सिर्फ ये पंक्तियाँ ये जन्म तुम्हारे देखे आओ प्यार ये जन्म तुम्हारे देखे ये जन्म तुम्हारे सतगुरां दी ठंडी प्यारी गोद अंदर सुभिमान गुरु का खास रूप गुरु प्यारी सात संगत जी एक बार फिर करिए मुख पवित्र सब संगत गज के आखो जी वाहे गुरु जी का खालसा वाहे गुरु जी की फतह आप सारे एक बहुत ही नेक आत्मा मनुखता के हमदर्दी और सतगुरु पातशाह जी की बाणी स्वास स्वास जपण वाले बहुत ही सत्कारयोग सरदार जोगिंदर सिंह साहब जी उन्हां दी अंतम अरदास के संबंध में एक संगत के रूप में आप एकत्रित होए हाँ सत संगत जी अज तो कुछ समा पहला अकाल पुरख के हुक्म अंदर उहदे भाणे विच अपनी स्वासां दी पूंजी नूं खर्च करदे होए श्रीमान सत्कारयोग सरदार जोगिंदर सिंह साहब जी जो परमात्मा दे चरणां विच जाप राजे पिछे उहनां दे परिवार ने उन्हां दी आत्मिक शांति दे लई सतगुरु पातशाह जी दी अलाही बाणी दा ओट आसरा लिया जिन्हां दे भोग अज सवेरे पाए गए भोगदिआं सलोकां तो उपरंत सतगुरु पातशाह जी दे चरणां विच अरदास बेनती कीती गई
आप माई भाई आए हो, सब नू जियो आए। सतसंगत जी, कीर्तन की आरंभता हुई सी, कीर्तन कर रहे सन गुरु घर का सत्कारयोग हजूरी रागी यथा भाई साहब भाई मनदीप सिंह साहब जी, जिन्होंने गुरबाणी के निर्वाण कीर्तन के नाल और बड़े प्यार भिज के बहुत जन्म पिछरे थे माधो एहो दंदम तुमारे लेखे कह रविदास आस लग जीव चिर पयो दर्शन देखे। करमां वालियां हुंदियां ने और अपनी रहमत करदे ने, मनुखता की सेवा ते परमेश्वर का नाम आउंदा है। सो जो अगला प्रोग्राम है अपने पास बहुत ही सत्कारयोग भाई साहिब भाई हरपाल सिंह जी मक्खू तो बड़े पंथ के नामवर कथावाचक ने, वह भी विछड़ी आत्मा श्रद्धा के फल भेट करने वास्ते वो आप संगत नाल गुरबाणी शब्द विचार की सांझ पाउणगे। सो परिवार वालों आईया संगत जीव आया, हाथ बन के बेनती है कि जिन्होंने चाह पानी का लंगर नहीं छकिया, क्योंकि सारा ही परिवार गुरु घर नाल गुरु चरणों नाल प्रीति रखता है, इस करके साढ़े सत्कारयोग माता जी इधरों भाई साहब जी ते उन्हां दा समुचा ही परिवार गुरु चरणों के सुशोभित हैं। कल्ले कल्ले नूं कहा नहीं जाना, सतसंग जी अपने आप ही चाह पानी का लंगर छको ते गुरु चरणों में जाण के बैठो। ये जिहड़ियां घड़ियां ने सतगुरु पातशाह जी के पावन चरणों में आखो सतनाम। सो इहो जिहा गुरमुखां दीआं जीवन के खुशियां लंघाइयां उन्हां अरदासां दे विच शामिल होना जां आती है। थोड़िया भैणों के चरणों में बेनती, जिहड़ियां रस्ते के कोल बैठियां मेरियां भैणां, भैण जी अगे आ जाओ, सारियां बीबियां अगे आ जाओ। सतगुरु ने बड़ी कृपा की है, ए सी चल रहा, पखे चल रहे हैं। सो बार बार बेनती ना करनी पवे, पिछले बंदे दरवाजे उठ के मेरिया भैन अगे आ जाओ, या जिहड़ियां हुण संगत बीबियां आउंदियां उन्होंने चरणों में बेनती है कि वह अगे आके बह जाओ। आओ सतसंग जी, जिहड़ी बेनती मैं आप जी के चरणों में करन वास्ते जो मैंने वाहेगुरु ने बख्शिश की है, संत माए कदे आवे नानका सदे उठी जाए। वो भी रजा के अंदर पुराणी संसार के आता है, कि वही गल एक बहुत वे समुद्र एक निके जुजे महाराज ने बंद कर दिता गया जी आपको सतना। जो महाराजा के रंगमान चुके रखिया हो जाए तमाशा देखा ना, जो गोबिंद सिंह साहब जी महाराज ने जो बहुत लंबी तपस्या करके इस दुनिया के वो पुत्र बन के आए, सर्व शक्तिमान रहना लेके आए, बरतना लेके आए, परमात्मा के पुत्र कलगी धर प्रीतम पातशाह उन्होंने भी अपनी रस्म जो असं उदों भी आते जो निके निके असा शुरुआत की इतों दिन संगत उन्होंने चरणों गुरु महाराज ना इतने आ के प्रीति बड़ी है, प्यार बड़ा है। सो इस करके मैं आप जी के चरणों जी बेनती खास तौर पर करनी चाहना। चलिए सामने कपूरथले तो अगे नगरी है करतारपुर। करतारपुर धरती के उत्ते दो ने सतसंग जी, पहला दरिया रावी के कंडे के उत्ते सतगुरु नानक वसाया, करतारपुर करता वसै संतन के पास। जलंधर के सूबेदार ने बेनती की है, नवीं गल्लां ने फिर तुहाडे नाल बेनती सांझी करांगा। दूजा करतारपुर पंचंगर देव धन गुरु अर्जन देव जी महाराज ने जलंधर के सूबेदार की बेनती प्रवान करके आ कपूरथले के लागे जलंधर के लागे बनाया। अज सतवें पातशाह धन गुरु हर राय साहब जी महाराज दुनिया नूं तारदे तारदे इस करतारपुर विच आए, क्योंकि उन्होंने पड़दादे का नगर है। फिर आखो सतनाम, उन्होंने दादे गुरु का नगर है, उन्होंने सत्कारयोग पिता जी बाबा गुरदित्ता जी का नगर है। महाराज ने शहरों बाहर डेरा कर लिया, वड्डे भरा भीरमल का शहर के उत्ते कब्जा से, गुरु घर के विचों छेकिया गया। ख्याल करियो उधर भाणा वापरिया, गल बड़ी अलौकिक है कि महाराज ये गल कहिंदे कि कमरा लखा ना जाए पसारा, कह बिद सजा प्रथम संसारा। फिर भी गुरु चरणा की ओट लैके साडा जीवन के मकसद की है, जिहड़ा मकसद सरदार जोगिंदर सिंह साहब जी मनुखता दे गए, पुत्रां दे गए, धीआं दे गए, भाईचारे अपने भाणजियां दे गए। सतगुरु की देखो कितनी वड्डी रहमत आ, केड्डा वड्डा इकट्ठ। भाई साहब जी सारियां संगतां नूं जीओ आया कह रहे सी, मैं देख रहा सी कि एक प्यार की गल हुंदी है, प्राणी जिहड़ा जीवन के विच जस खट जाता। खैर इधर ना जाना, समा नहीं है। महाराज का दरबार लगा है, धीरमल सड़बल के कोले हो गया, मेरा छोटा भरा सतवां गुरु आ गया, मेरी उपमा घट जाए,
ਭਾਣਾ ਵਾਪਰਿਆ ਰਾਤ ਨੂੰ ਕਰਤਾਰਪੁਰ ਦੇ ਵਿੱਚ ਇੱਕ ਬ੍ਰਾਹਮਣਾਂ ਦਾ ਮਹੱਲਾ ਹੈ, ਹੁਣ ਵੀ ਤੁਸੀਂ ਜਾ ਕੇ ਦੇਖਿਓ, ਇੱਕ ਬ੍ਰਾਹਮਣ ਦੇ ਪੁੱਤਰ ਦੀ ਮੌਤ ਹੋ ਗਈ, ਜਿਹੜਾ ਮੈਂ ਬਚਨ ਧਿਆ ਦਿੰਦਾ ਭੈਣੋ ਖਾਸ ਕਰਕੇ ਸਾਂਝਾ ਕਰਨਾ ਚਾਹੁੰਦਾ। ਬ੍ਰਾਹਮਣੀਆਂ ਨੇ ਚੀਕ ਕਿਹਾੜਾ ਪਾਉਣਾ ਆਰੰਭ ਕਰ ਦਿੱਤਾ, ਰੋਣ ਲੱਗ ਪਏ ਜਵਾਨ ਪੁੱਤਰ ਸੀ। ਧੀਰ ਮੱਲ ਕਹਿੰਦਾ ਉਹ ਯਾਰ ਕੀ ਭਾਣਾ ਵਾਪਰਿਆ ਪਤਾ ਕਰੋ, ਮਸੰਦ ਗਏ, ਕਹਿੰਦੇ ਜੀ ਉਹਨਾਂ ਦਾ ਪੁੱਤਰ ਪੂਰਾ ਹੋ ਗਿਆ। ਧੀਰ ਮੱਲ ਨੂੰ ਜਿਹੜਾ ਮੌਕਾ ਚਾਹੀਦਾ ਸੀ ਉਹ ਮੌਕਾ ਬਣ ਗਿਆ, ਲੈ ਕੇ ਮਸੰਦਾਂ ਨੂੰ ਉਹਨਾਂ ਦੇ ਘਰੇ ਪਹੁੰਚਾ, ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨ ਲੱਗਾ। ਗੱਲ ਨੂੰ ਸਮਝਣ ਦਾ ਯਤਨ ਕਰਿਓ, ਵਿਸਥਾਰ ਦੇ ਵਿੱਚ ਜਾਣ ਦਾ ਟਾਈਮ ਨਹੀਂ। ਕਹਿੰਦਾ ਰੋਵੋ ਨਾ, ਤੁਹਾਡੇ ਪੁੱਤਰ ਨੇ ਜਿਉਂਦਾ ਹੋ ਜਾਣਾ। ਉਹ ਕਹਿੰਦੇ ਜਿਉਂਦਾ ਕਿੱਦਾਂ ਹੋਵੇਗਾ, ਤਾਂ ਮਰ ਚੁੱਕਾ। ਕਹਿੰਦਾ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਸੱਤਵੇਂ ਮਾਲਕ ਆਏ ਆ ਹਰ ਰਾਜ ਸਾਹਿਬ, ਉਹ ਸ਼ਹਿਰੋਂ ਬਾਹਰ ਉਹਨਾਂ ਦਾ ਡੇਰਾ ਲੱਗਾ ਜੀ, ਚੱਕੋ ਤੇ ਉੱਥੇ ਲੈ ਜਾਓ, ਉਹਨਾਂ ਨੇ ਆਪਣੀ ਰਹਿਮਤ ਨਾਲ ਇਹਨਾਂ ਤੁਹਾਡੇ ਪੁੱਤਰ ਨੂੰ ਜਿਉਂਦਾ ਕਰ ਦੇਣਾ। ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨ ਲੱਗਾ, ਸੰਮਣ ਮੂਸਣ ਦੀ ਕਹਾਣੀ ਸੁਣਾ ਦਿੱਤੀ, ਲਾਲੇ ਗੋਲੇ ਦੀ ਕਹਾਣੀ ਸੁਣਾਤੀ, ਗੁਰੂ ਨਾਨਕ ਦੀਆਂ ਸਾਖੀਆਂ, ਪੰਜਵੇਂ ਗੁਰਾਂ ਦੀਆਂ ਸਾਖੀਆਂ, ਵੀ ਇੱਦਾਂ ਗੁਰੂ ਕਰਦੇ ਰਹੇ ਆ। ਸੋ ਇਸ ਤਰੀਕੇ ਨਾਲ ਮਨ ਵਿੱਚ ਕੀ ਹੈ ਕਿ ਬ੍ਰਾਹਮਣਾਂ ਨੇ ਪੁੱਤਰ ਨੂੰ ਚੱਕ ਕੇ ਗੁਰੂ ਚਰਨਾਂ 'ਚ ਲੈ ਜਾਣਾ, ਜੇ ਤੇ ਕਰੇਗਾ ਧੀ ਸੱਤਵਾਂ ਭਰਾ ਮੇਰਾ ਜਿਹੜਾ ਸੱਤਵਾਂ ਗੁਰੂ ਹੈ ਪੁੱਤਰ ਨੂੰ ਜਿਉਂਦਾ, ਤੇ ਲੋਕਾਂ 'ਚ ਮੈਂ ਭੰਡੀ ਕਰਾਂਗਾ ਕਿ ਬਾਬੇ ਅਟਲ ਨੇ ਕਰਾਮਾਤ ਵਿਖਾਈ ਸੀ ਛੇਵੇਂ ਗੁਰਾਂ ਬਖਸ਼ਿਆ, ਨਹੀਂ ਤੇ ਤੂੰ ਗੁਰੂ ਹੋ ਕੇ ਕਰਾਮਾਤ ਵਿਖਾ ਰਹੀ ਹੈ। ਜੀ ਜਿਉਂਦਾ ਨਹੀਂ ਕਰੇਗਾ ਤੇ ਬ੍ਰਾਹਮਣ ਭੰਡੀ ਕਰਨਗੇ, ਗੁਰੂ ਘਰ ਨੂੰ ਵੀ ਇਹੋ ਜਿਹੇ ਪਰਚੇ ਪੈ ਜਾਂਦੇ, ਸਾਧ ਸੰਗਤ ਜੀ ਸਾਡੀ ਤੇ ਗਾਦੀ ਕੀ ਆ, ਗੱਜ ਕੀ ਆਖੋ ਸਤਨਾਮ। ਬ੍ਰਾਹਮਣ ਉਹ ਵੀ ਚੁੱਕਣਾ ਚਾਹ ਗਿਆ ਪੁੱਤ ਨੂੰ ਲੈ ਗਿਆ ਮਹਾਰਾਜ ਦੇ ਚਰਨਾਂ ਚਾਹ ਗਿਆ। ਗੱਲ ਬੜੀ ਟਿਕਾਣੀ ਤੇ ਆਉਣੀ ਆ, ਬੜੀਆਂ ਮਿਹਨਤਾਂ ਹੁੰਦੀਆਂ ਨੇ, ਵਿਦਵਾਨ ਬੈਠੇ ਆ, ਵਿਦਵਾਨ ਆਏ ਕਿ ਨਾ ਗੁਰੂ ਦੀ ਬਚਨਾਂ ਦੀ ਸਾਂਝ ਤੁਹਾਡੇ ਨਾਲ ਪਾਉਣੀ ਆ। ਜਦੋਂ ਮਹਾਰਾਜ ਦੇ ਚਰਨਾਂ 'ਚ ਪੁੱਤਰ ਰੱਖਿਆ, ਸਤਿਗੁਰੂ ਕਹਿੰਦੇ ਕਿਵੇਂ ਆਏ ਹੋ? ਬ੍ਰਾਹਮਣ ਦੇਵਤਾ ਜੀ, ਮਹਾਰਾਜ ਸਾਡਾ ਪੁੱਤਰ ਹੈ, ਜ਼ਿੰਦਗੀ ਦਾ ਇੱਕੋ ਇੱਕ ਸਹਾਰਾ, ਜਿਹੜੀਆਂ ਕਹਾਣੀਆਂ ਧੀਰ ਮੱਲ ਨੇ ਸੁਣਾਈਆਂ ਸੀ ਉਹ ਸੁਣਾ ਦਿੱਤੀਆਂ, ਇਹਨੂੰ ਜਿਉਂਦਾ ਕਰੋ। ਮਹਾਰਾਜ ਕਹਿੰਦੇ ਜਿਉਂਦਾ ਕਿਵੇਂ ਹੋ ਸਕਦਾ? ਕਹਿੰਦਾ ਫਿਰ ਤੈਨੂੰ ਗੁਰੂ ਅਖਵਾਉਣ ਦਾ ਹੱਕ ਨਹੀਂ, ਕਿਉਂਕਿ ਉਹਨਾਂ ਚੁੱਕਣਾ ਦੇ ਕੇ ਘੱਲਿਆ ਸੀ। ਸੰਸਾਰ ਦੇ ਵਿੱਚ ਅੱਜ ਵੀ ਲੋਕ ਇਹੋ ਜਿਹਾ ਬਹੁਤ ਨੇ। ਦੀਨ ਦੁਨੀ ਦੇ ਮਾਲਕ ਨੇ ਨੇਤਰ ਬੰਦ ਕਰਕੇ ਤੱਕਿਆ, ਕਹਾਣੀ ਕੀ ਆ, ਸਮਝ ਗਿਆ ਸੱਚੀ ਸਰਕਾਰ ਸਤਿਗੁਰੂ ਗੁਰੂ ਹਰਿਰਾਏ ਸਾਹਿਬ। ਓਹੋ, ਇਹਨਾਂ ਦੇ ਪਿੱਛੇ ਤੇ ਸਾਡਾ ਵੱਡਾ ਭਰਾ ਧੀਰ ਮੱਲ ਬੈਠਾ, ਜੇ ਜਿਉਂਦਾ ਕਰੇਗਾ ਲੋਕਾਂ 'ਚ ਮੈਂ ਭੰਡੀ ਕਰਾਂਗਾ, ਕਰਾਮਾਤ ਵਿਖਾਈ ਹੈ, ਜੇ ਜਿਉਂਦਾ ਨਹੀਂ ਕਰੇਗਾ ਕਿ ਬ੍ਰਾਹਮਣ ਲੋਕ ਭੰਡੀ ਕਰਨਗੇ, ਗੁਰੂ ਬਣ ਕੇ ਸਾਡਾ ਪੁੱਤਰ ਨਹੀਂ ਜਿਉਂਦਾ ਕੀਤਾ। ਸਤ ਸੰਗਤ ਜੀ, ਮਹਾਰਾਜ ਨੇ ਫਿਰ ਉਸ ਵੇਲੇ ਨੇਤਰ ਭਰ ਕੇ ਪਿਆਰ ਨਾਲ ਚਰਨਾਂ ਵਿੱਚ ਬੈਠੀ ਸੰਗਤ ਵੱਲ ਤੱਕਿਆ। ਸਤਿਗੁਰੂ ਐਵੇਂ ਨਹੀਂ ਕਹਿੰਦੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਰੱਬ ਵੇਖਣਾ ਹੋਵੇ ਤੇ ਗੁਰੂ ਕੀ ਸੰਗਤ ਦੇ ਦੀਦਾਰ ਕਰ ਲਓ, ਰੱਬ ਦੇ ਦੀਦਾਰ ਹੋ ਜਾਂਦੇ ਨੇ, ਆਖੋ ਸਤਨਾਮ। ਇਹ ਬਾਣੀ ਕਹਿੰਦੀ ਆ, ਧਿਆਨ ਦੇਣਾ ਗੁਰਮੁਖੋ। ਮਹਾਰਾਜ ਨੇ ਸੰਗਤ ਵੱਲ ਤੱਕਿਆ, ਬਚਨ ਕੀਤਾ, ਗੁਰਸਿੱਖੋ ਦੀ ਗੱਲ ਭੈਣੋ ਰਹਿ ਗਈ ਆ। ਚੌਥੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਸਿੱਧੂ ਆਦਮੀ ਜੱਟ ਆਇਆ ਸੀ ਮਾਲਵੇ ਤੋਂ, ਸੇਵਾ ਕੀਤੀ, ਗੁਰੂ ਪ੍ਰਸੰਨ ਹੋ ਕੇ ਕਹਿੰਦੇ ਮੰਗ। ਬੁੱਢੇ ਬਾਰੇ ਦੋਵਾਂ ਜੀਆਂ ਨੇ ਪੁੱਤਰ ਮੰਗਿਆ ਤੇ ਚੌਥੇ ਗੁਰਾਂ ਕਿਹਾ ਤੁਹਾਡੇ ਭਾਗਾਂ 'ਚ ਨਹੀਂ, ਪਰ ਅਸੀਂ ਤੇਰੇ ਨਾਲ ਬਚਨ ਕੀਤਾ ਵੀ ਮੰਗ, ਜੋ ਮੰਗੇਗਾ ਦੇਵਾਂਗੇ। ਸਾਡੇ ਘਰ ਵਿੱਚ ਚਾਰ ਹੋਣੀ ਕਿਰਪਾ ਨਾਲ ਉਹਨਾਂ ਦੇ ਘਰ 'ਚ ਪੁੱਤਰ ਹੋਇਆ, ਪੁੱਤਰ ਵੱਡਾ ਹੋਇਆ, ਪੁੱਤਰ ਦਾ ਵਿਆਹ ਕੀਤਾ, ਉਹਦੇ ਘਰ ਵਿੱਚ ਦੋ ਪੁੱਤ ਪੈਦਾ ਹੋਏ, ਇੱਕ ਦਾ ਨਾਂ ਸੀ ਗੌਰਾ ਤੇ ਦੂਜੇ ਦਾ ਜੀਵਨ। ਮੈਂ ਦੱਸਣਾ ਚਾਹੁੰਦਾ ਕਿ ਸਰਦਾਰ ਜੋਗਿੰਦਰ ਸਿੰਘ ਸਾਹਿਬ ਜੀ ਕਿਹੋ ਜਿਹੀ ਆਤਮਾ ਸੀ, ਕਿਹੋ ਜਿਹਾ ਸਰੀਰ ਸੀ, ਕਿਹੋ ਜਿਹਾ ਮਨੁੱਖ ਸੀ, ਇਹ ਸਾਖੀਆਂ ਦੇ ਪ੍ਰਮਾਣ ਹੁੰਦੇ। ਸਾਧ ਸੰਗਤ ਜੀ, ਉਹਨਾਂ ਦੇ ਜੀਵਨ ਵਿੱਚ ਵਿਚਰੀਆਂ 30 ਸਾਲ ਹੋ ਗਏ ਨੇ, ਵੀਰ ਅਜੀਤ ਸਿੰਘ ਸਾਹਿਬ ਜੀ, ਵੀਰ ਮੱਖਣ ਸਿੰਘ ਸਾਹਿਬ ਜੀ ਹੋਣਾ ਦਾ ਪਿਆਰ ਬਣਿਆ, ਭਾਈ ਮਨੋਹਰ ਸਿੰਘ ਜੀ ਗਿੱਦੜਪਿੰਡੀ ਵਾਲੇ, ਸਾਡੇ ਤਾਈ ਜੀ, ਉਹਨਾਂ ਦੇ ਛੋਟੇ ਭੈਣ ਜੀ, ਸਾਰਾ ਪਰਿਵਾਰ ਬੈਠੇ ਆ। ਇਸ ਕਰਕੇ ਅਸੀਂ ਉਹਨਾਂ ਦੇ ਜੀਵਨ 'ਚੋਂ ਬੜਾ ਕੁਛ ਸਿੱਖ, ਜੀਵਨ ਸੀ ਨਾ ਇਹ, ਮਹਾਰਾਜ ਦੇ ਸਦਾ ਹੀ ਚਰਨਾਂ ਵਿੱਚ ਰਹਿੰਦਾ ਸੀ, ਬੜੀ ਉੱਚੀ ਅਵਸਥਾ ਦਾ ਮਾਲਕ ਹੈ, ਬਚਨ ਮੰਨਿਆ, ਗੁਰੂ ਦਾ ਪ੍ਰਕਰਮਾ ਕੀਤੀਆਂ, ਸੰਗਤ ਤੋਂ ਪਿੱਛੇ ਜਾ ਕੇ ਕੀਰਤਨ ਸੋਹੇ ਦਾ ਪਾਠ ਕਰ, ਸਰੀਰ ਤੇ ਚਾਦਰ ਲੈ ਕੇ ਸਰੀਰ ਤਿਆਗ ਦਿੱਤਾ। ਇੱਧਰ ਬਾਬੇ ਜੀਵਨ ਨੇ ਸਰੀਰ ਤਿਆਗ ਗਿਆ, ਉੱਧਰ ਬ੍ਰਾਹਮਣ ਦਾ ਪੁੱਤਰ ਉੱਠ ਕੇ ਖੜਾ ਹੋ ਗਿਆ, ਗੱਜ ਕੇ ਆਖੋ ਸਤਨਾਮ। ਸਿੱਖਾਂ ਨੇ ਆਣ ਕੇ ਦੱਸਿਆ, ਮਹਾਰਾਜ ਬਾਬਾ ਜੀਵਨ ਆਪਣੇ ਜੀਵਨ ਦੀ ਬਾਜੀ ਲਾ ਗਿਆ। ਤੇ ਜਦੋਂ ਲੱਗਾ ਬ੍ਰਾਹਮਣ ਨੂੰ ਪਤਾ, ਕਹਿੰਦਾ ਮਹਾਰਾਜ ਇੱਕ ਬ੍ਰਹਮ ਗਿਆਨੀ ਨੂੰ ਮੇਰੇ ਪੁੱਤਰ ਨੂੰ ਜਿਉਂਦਾ ਕਰਨ ਖਾਤਰ ਆਪਣੇ ਪ੍ਰਾਣਾਂ ਦੀ ਹੋਤੀ ਦੇਣੀ ਪਈ, ਬਲੀ ਦੇਣੀ ਪਈ, ਮਹਾਰਾਜ ਪਤਾ ਨਹੀਂ ਮੇਰੇ ਪੁੱਤਰ ਨੇ ਕੀ ਬਣਨਾ, ਇੱਕ ਬ੍ਰਹਮ ਗਿਆਨੀ ਆਪਣੇ ਪ੍ਰਾਣਾਂ ਦੀ ਐਡੀ ਵੱਡਾ ਤਿਆਗ ਕਰ ਗਿਆ, ਇਹਨੂੰ ਮਾਰੋ ਤੇ ਇਹਨੂੰ ਜਿਉਂਦਾ ਕਰੋ। ਕਹਿੰਦੇ ਨੇ ਚੜ ਚੁਗਲਾਂ ਦੇ ਢਾਹੇ ਬ੍ਰਾਹਮਣ ਪੁੱਠੀਆਂ ਪੜਤਾਂ ਪਾਉਣ ਲੱਗਾ, ਜਾਨ ਵਾਰ ਕੇ ਵੇਖੋ ਸਿੱਖ ਨੂੰ ਕੈਸਾ ਫਰਜ਼ ਨਿਭਾਉਣ ਲੱਗਾ, ਖਬਰ ਸੁਣੀ ਤਾਂ ਸਤਿਗੁਰ ਬੋਲੇ ਨਵੇਂ ਪੂਰ ਨੇ ਪਾ ਗਿਆ ਏ, ਸਿੱਖ ਅਸਾਂ ਦਾ ਤੇਰੇ ਪੁੱਤ ਲਈ ਜਾਨ ਦੀ ਬਾਜੀ ਲਾ ਗਿਆ ਏ। ਗੁਰੂ ਘਰ ਵਿੱਚ ਇਹੋ ਜਿਹੇ ਬੜੇ ਵੱਡੇ ਵੱਡੇ ਪ੍ਰਮਾਣ ਮਿਲਦੇ ਨੇ। ਤੋ ਮੇਰੇ ਕਹਿਣ ਤੋਂ ਭਾਵ ਕਿ ਬਾਬੇ ਜੀਵਨ ਨੇ ਸੱਤਵੇਂ ਪਾਤਸ਼ਾਹ ਦਾ ਗੁਰੂ ਦਾ ਹੁਕਮ ਮੰਨ ਕੇ ਬ੍ਰਾਹਮਣ ਦੇ ਪੁੱਤਰ ਨੂੰ ਜੀਵਨ ਦਾਨ ਦਿੱਤਾ ਤੇ ਆਪਣੇ ਪ੍ਰਾਣਾਂ ਦੀ ਗੁਰੂ ਦੀ ਸੰਗਤ ਐਡੀ ਵੱਡੀ ਕੁਰਬਾਨੀ ਕਰ ਦਿੱਤੀ। ਇਹੋ ਜਿਹਾ ਗੁਰਸਿੱਖ ਦੁਨੀਆਂ ਦੇ ਵਿੱਚ ਅੱਜ ਵੀ ਘਾਟਾ ਨਹੀਂ, ਬੁੱਲਿਆ ਰੱਖ ਤੇ ਤੋਂ ਵੱਖਰੀ ਤੇਰੀ ਦੇਖਣ ਵਾਲੀ
ਅੱਖ ਨਹੀਂ, ਸਾਡੇ ਕੋਲ ਅੱਖਾਂ ਨਹੀਂ ਰਹਿੰਦੀਆਂ, ਅਸੀਂ ਈਰਖਾ ਵਿੱਚ ਆ ਗਏ, ਅਸੀਂ ਨਿੰਦਿਆ ਚੁਗਲੀ ਵਿੱਚ ਆ ਗਏ। ਬਾਬਾ ਨਾਮਦੇਵ ਜੀ ਮੇਰੀ ਉਹ ਭੈਣੋਂ ਕੱਪੜੇ ਰੰਗਦੇ ਸੀ, ਕੱਪੜੇ ਸਿਉਂਦੇ ਸੀ, ਪਰ ਉਹਨਾਂ ਦੀ ਫਿਰਤੀ ਜਿਹੜੀ ਉਹ ਪ੍ਰੀਤਮ ਦੇ ਚਰਨਾਂ ਨਾਲ ਹੁੰਦੀ ਸੀ। ਅੱਜ ਵੀ ਸਾਡੇ ਅਸੀਂ ਇਹ ਕਾਰੋਬਾਰ ਕਰਦੇ ਹਾਂ, ਪਰ ਕਿਸੇ ਵੀ ਦੁਕਾਨ 'ਤੇ ਕੋਈ ਮਿਸ ਪੂਜਾ ਦਾ ਗੀਤ ਲੱਗਾ, ਕੋਈ ਵਿਰਲਾ ਗੁਰਮੁਖ ਹੁੰਦਾ ਜਿਹਦੇ ਆਸਰਾ ਜੀ ਦੀ ਵਾਰ ਜਾਂ ਗੁਰਬਾਣੀ ਦਾ ਕੀਰਤਨ ਚੱਲਦਾ ਹੁੰਦਾ, ਹੁੰਦੇ ਭਾਈ ਜਗਿੰਦਰ ਸਿੰਘ ਜੀ ਵਰਗੇ, ਆਖੋ ਸਤਨਾਮ। ਸੋ ਇਸ ਕਰਕੇ ਮੈਂ ਬੇਨਤੀ ਕਰਾਂ, ਬਾਬੇ ਜੀਵਨ ਵਾਂਗ ਉਹਨਾਂ ਨੇ ਜੀਵਨ ਦੇ ਵਿੱਚ ਵੱਡਵੜੀਆਂ ਪ੍ਰਾਪਤੀਆਂ ਕੀਤੀਆਂ, ਜੀਵਨ ਦੇ ਵਿੱਚ ਆਪਣੇ ਭਰਾਵਾਂ ਨੂੰ ਬੜੇ ਸੁਚੱਜੇ ਢੰਗ ਨਾਲ, ਜੋ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਤਾਲੀਮ ਦਿੱਤੀ ਸੀ, ਸਭ ਤੋਂ ਵੱਡੀ ਤਾਲੀਮ ਬਾਪੂ ਨੇ ਉਂਗਲੀ ਫੜ ਕੇ ਇਸ ਪਿੰਡ ਸੈਦੋਵਾਲ ਤੋਂ ਹਰ ਮੱਸਿਆ ਤੁਰ ਕੇ ਪੈਦਲ ਜਾਣਾ, ਆਪਣਿਆਂ ਭਰਾਵਾਂ ਨੂੰ, ਆਪਣੀ ਛੋਟੀ ਭੈਣ ਨੂੰ, ਗਾਂ ਆਪਣਿਆਂ ਪੁੱਤਰਾਂ ਨੂੰ, ਪੋਤਰਿਆਂ ਤੱਕ ਲੈ ਕੇ ਉਹ ਜਾਂਦੇ, ਹੁਣ ਤੱਕ ਜਾਂਦੇ ਰਹੇ। ਮੈਂ ਪਹਿਲਾਂ ਬਚਨ ਕਰ ਚੁੱਕਾ ਕਿ 99 ਸਾਲ ਦੀ ਉਮਰ ਤੱਕ ਕਿਸੇ ਵੈਦ ਨੂੰ ਬਾਂਹ ਹੀ ਨਹੀਂ ਫੜਾਈ, ਕਿਉਂਕਿ ਬਾਂਹ ਜਿਹੜੀ ਸੀ ਉਹ ਸੱਚੇ ਵੈਦ ਨੂੰ ਫੜਾ ਦਿੱਤੀ। ਉਹ ਮਹਾਨ ਆਤਮਾ ਆਪਣਾ ਸੁਤੰਤਰ ਜੀਵਨ ਜੀ ਕੇ ਹੱਸਦਾ ਵੱਸਦਾ ਪਰਿਵਾਰ ਦੇ ਦੋਸਤ ਮਿੱਤਰ ਭਾਈਚਾਰਾ ਛੱਡ ਕੇ ਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਜਾ ਪਰਾਜੇ, ਉਹਨਾਂ 99 ਪਾਪਾਂ ਅੰਤਮ ਅਰਦਾਸ ਕਰਨ ਲਈ ਇਕੱਤਰ ਧੋਏ ਹਾਂ, ਭੁੱਲਾਂ ਚੁੱਕਾਂ ਦੀ ਖਿਮਾ। ਪਹਿਲਾਂ ਆਪਾਂ ਗੁਰਬਾਣੀ ਦੀ ਕਥਾ ਵਿਚਾਰ ਸੁਣਾਂਗੇ। ਇਸ ਕਰਕੇ ਜੀਵਨ ਦੇ ਵਿੱਚ ਮੈਂ ਬਚਨ ਕੀਤਾ, ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ, ਮਰ ਕੇ ਵੀ ਜਿਸ ਦਾ ਨਾਂ ਹੈ ਜਿੰਦਾ, ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ। ਵਾਹਿਗੁਰੂ ਨੇ ਬਹੁਤ ਉਹਨਾਂ ਦੇ ਉੱਤੇ ਰਹਿਮਤਾਂ ਕੀਤੀਆਂ, ਸੋ ਇਸ ਕਰਕੇ ਸਾਡੇ ਲਈ ਉਹ ਇੱਕ ਬੜਾ ਵੱਡਾ ਉਹਨਾਂ ਦਾ ਜੀਵਨ ਜਿਹੜਾ ਉਹ ਪ੍ਰੇਰਨਾ ਸਰੋਤ ਹੈ। ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਅਸੀਂ ਗੁਰੂ ਚਰਨਾਂ ਨਾਲ ਜੁੜ ਕੇ ਉੱਚਾ ਤੇ ਸੁੱਚਾ ਜੀਵਨ ਬਸਰ ਕਰੀਏ, ਇਹੋ ਹੀ ਸਿੱਖਿਆਵਾਂ ਹੁੰਦੀਆਂ ਨੇ। ਸਤਿਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਮਖੂ ਤੋਂ ਜੋ ਵਿਸ਼ੇਸ਼ ਤੌਰ 'ਤੇ ਆਏ ਨੇ, 40 ਮਿੰਟ ਵਾਸਤੇ ਆਪ ਸੰਗਤਾਂ ਨਾਲ ਕਥਾ ਵਾਰਤਾ ਦੀ ਸਾਂਝ ਪਾਉਣਗੇ, ਉਹਦੇ ਤੋਂ ਉਪਰੰਤ ਅਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਹੋਵੇਗਾ, ਫਿਰ ਅਰਦਾਸ ਬੇਨਤੀ ਗੁਰੂ ਪਿਤਾ ਜੀ ਵੱਲੋਂ ਹੁਕਮਨਾਮਾ, ਉਪਰੰਤ ਆਪਾਂ ਜੋ ਗੁਰਮੁਖ ਸੱਜਣ ਵਿਦਵਾਨ ਬੁਲਾਰੇ ਆਏ ਨੇ ਉਹ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਆਪ ਸੰਗਤ ਨਾਲ। ਤੋ ਅਰਦਾਸ ਬੇਨਤੀ ਇਹੋ ਹੀ ਆ, ਆਓ ਸਭ ਤੋਂ ਪਹਿਲਾਂ ਅਦਭੁਤ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਮਖੂ ਵਾਲਿਆਂ ਪਾਸੋਂ ਗੁਰਬਾਣੀ ਵਿਚਾਰ ਦੀ ਸਾਂਝ ਜਿਹੜੀ ਉਹ ਸਰਵਣ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਭੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਆਨਾ ਤੈਂ ਜੀਵਨ ਜਗ ਸੱਚ ਕਰ ਜਾਨਾ ਰਾਣਾ ਰਾਉ ਨ ਕੋਰ ਹੈ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦੈ ਤੀਰ ਵਾਰੀ ਆਪੋ ਆਪਣੀ ਕੋਈ ਨ ਬੰਦੈ ਤੀਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਮਨੁੱਖਤਾ ਦੇ ਰਹਿਬਰ, ਸਾਂਝੀ ਵਾਲਤਾ ਦੇ ਪੈਗੰਬਰ, ਸਿਧਾਂਤਾਂ ਦੇ ਖਜ਼ਾਨੇ, ਤਪਦਿਆਂ ਹਿਰਦਿਆਂ ਨੂੰ ਠਾਰਨ ਵਾਲੇ, ਗੁਰਤਾ ਗੱਦੀ ਤੇ ਵਿਰਾਜਮਾਨ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੋਦ ਦੇ ਅੰਦਰ ਸੋਭਮਈ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ, ਉਸ ਅਕਾਲ ਪੁਰਖ ਵਾਹਿਗੁਰੂ ਦੀ ਤੁਹਾਡੇ ਤੇ ਤਰਸ ਮਹਿਰਾਮਤ ਦੀ ਨਜ਼ਰ ਵਰਤੀ ਕਿ ਤੁਹਾਡਾ ਮਿਲਾਪ ਅਸਲੀ ਸੱਜਣ ਨਾਲ ਹੋਇਆ। ਆਪਾਂ ਰੋਜ਼ ਪਾਵਨ ਬਚਨ ਸੋਧਰ ਦੀ ਬਾਣੀ ਦੇ ਅੰਦਰ ਕਿਰਪਾਲੂ ਪਿਤਾ ਗੁਰ ਅਰਜਨ ਪਾਤਸ਼ਾਹ ਦੇ ਪੜ੍ਹਦੇ ਹਾਂ। ਹਜ਼ੂਰ ਕਹਿੰਦੇ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਉਹ ਸੱਜਣ ਦੇ ਨਾਲ ਮਿਲਾਪ ਹੋਇਆ ਜਿਹਨੂੰ ਆਪਾਂ ਸੱਚਾ ਕਹਿੰਦੇ ਹਾਂ। ਜਿਵੇਂ ਮੇਰੇ ਵੀਰ ਜੀ ਨੇ ਕਿਹਾ ਨਾ, ਉਹ ਬਾਪੂ ਜੀ ਨੇ ਸੱਚੇ ਵੈਦ ਨੂੰ ਹੱਥ ਫੜਾ ਦਿੱਤਾ। ਅੱਜ ਆਪਣਾ ਵੀ ਮਿਲਾਪ ਉਹ ਸੱਚੇ ਸੱਜਣ ਦੇ ਨਾਲ, ਸੱਚੇ ਗੁਰੂ ਦੇ ਨਾਲ ਹੋਇਆ।
ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ। ਹਜ਼ੂਰ ਕਹਿੰਦੇ ਉਸ ਗੁਰੂ ਸੱਜਣ ਦੇ ਨਾਲ ਤੇਰਾ ਮਿਲਾਪ ਹੋਇਆ ਜਿਸ ਪਾਸ ਬੈਠਿਆ ਸੋਹੀ ਹੈ। ਆਪਣੇ ਅੰਦਰ ਝਾਤ ਮਾਰੋ, ਹਜ਼ੂਰ ਕਹਿੰਦੇ ਉਸ ਗੁਰੂ ਦੇ ਨਾਲ ਮਿਲਾਪ ਹੋਇਆ ਜਿਸ ਪਾਸ ਬੈਠਿਆ ਸੋਹੀ ਹੈ, ਜਿਹਦੇ ਪਾਸ ਬੈਠਣ ਦੇ ਨਾਲ ਤੇਰੀ ਸ਼ੋਭਾ ਦੇ ਵਿੱਚ ਚਾਰ ਚੰਨ ਲੱਗ ਜਾਣੇ, ਤੇਰੀ ਸ਼ੋਭਾ ਦੇ ਵਿੱਚ ਵਾਧਾ ਹੋ ਜਾਣਾ। ਤੇ ਅੰਦਰ ਝਾਤ ਮਾਰ ਕੇ ਵੇਖੋ ਵੀ ਜਿੱਥੇ ਬਹਿਣ ਦੇ ਨਾਲ ਸ਼ੋਭਾ ਦੇ ਵਿੱਚ ਵਾਧਾ ਹੋਣਾ ਹੈ ਉੱਥੇ ਅਸੀਂ ਕਿੰਨਾ ਕੁ ਸਮਾਂ ਬੈਠਦੇ ਹਾਂ। ਜਿੱਥੇ ਸ਼ੋਭਾ ਨੂੰ ਆਂਟ ਲੱਗਣੀ ਹੋਵੇ ਸੱਜਣ ਤੈਨੂੰ ਸਮਾਂ ਪੈਣ ਤੇ ਧੋਖਾ ਵੀ ਦੇ ਸਕਦਾ ਹੈ, ਪਰ ਜਿਸ ਗੁਰੂ ਸੱਜਣ ਦੇ ਨਾਲ ਤੇਰਾ ਮਿਲਾਪ ਹੋਇਆ ਨਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸੰਨ। ਇਸ ਗੁਰੂ ਸੱਜਣ ਦੀ ਸ਼ਰਨ ਵਿੱਚ ਆ ਕੇ ਵੱਡੇ ਵੱਡੇ ਪਾਪੀਆਂ ਨੂੰ ਢੋਈ ਮਿਲ ਜਾਂਦੀ। ਹਜ਼ੂਰ ਦੇ ਪਾਵਨ ਬਚਨ ਨੇ ਜਿਸ ਪਾਪੀ ਤੋਂ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਗੁਰੂ ਦੀ ਸ਼ਰਨ ਵਿੱਚ ਆ ਕੇ ਉਹ ਵੀ ਮਲ ਤੋਂ ਰਹਿਤ ਭਾਵ ਨਿਰਮਲ ਹੋ ਜਾਂਦੇ ਨੇ। ਯਾਦ ਰੱਖਿਆ ਜੀ, ਬਾਹਰ ਅਪਰਾਧ ਕਰਨ ਵਾਲਾ ਗੁਰੂ ਨਾਨਕ ਦੇ ਦਰ ਤੇ ਬਖਸ਼ਿਆ ਜਾਂਦਾ ਹੈ। ਸੱਜਣ ਠੱਗ ਬਾਹਰ ਅਪਰਾਧ ਕਰਦਾ ਸੀ, ਭੂਮੀਆਂ ਚੋਰ, ਵਲੀ ਕੰਧਾਰੀ, ਕੌਡਾ ਰਾਕਸ਼ਸ, ਪਰ ਜਦੋਂ ਗੁਰੂ ਨਾਲ ਜੁੜ ਗਏ ਉਹਨਾਂ ਦਾ ਵੀ ਉਧਾਰ ਹੋ ਗਿਆ। ਬਾਹਰ ਅਪਰਾਧ ਕਰਨ ਵਾਲਾ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਬਖਸ਼ਿਆ ਜਾਂਦਾ ਹੈ। ਪਰ ਯਾਦ ਰੱਖਿਆ ਜੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕੇ ਅਪਰਾਧ ਕਰਦਾ ਹੈ ਨਾ, ਜਿਹੜੀ ਹਨੇਰੀ ਭੁੱਲੀ ਇਹਨਾਂ ਦਿਨਾਂ ਦੇ ਅੰਦਰ ਬਾਣੀ ਦੀ ਬੇਅਦਬੀ ਕਰਦਾ, ਬਾਣੀ ਦੀ ਦੁਰਵਰਤੋਂ ਕਰਦਾ, ਗੁਰਮਤ ਦੀਆਂ ਧੱਜੀਆਂ ਉਡਾਉਂਦਾ, ਗੋਲਕਾਂ ਦੀ ਦੁਰਵਰਤੋਂ ਕਰਦਾ, ਯਾਦ ਰੱਖਿਆ ਜੇ ਜਿਹੜਾ ਗੁਰੂ ਦੀ ਹਜ਼ੂਰੀ ਦੇ ਵਿੱਚ ਅਪਰਾਧ ਕਮਾਉਂਦਾ ਫਿਰ ਉਹ ਕਿਤੇ ਨਹੀਂ ਬਖਸ਼ਿਆ ਜਾਂਦਾ। ਸੋਕੇ ਦੀ ਮਾਰੀ ਫਸਲ ਪਾਣੀ ਹਰੀ ਕਰਦਾ, ਪਰ ਯਾਦ ਰੱਖਿਆ ਜੇ ਪਾਣੀ ਦੀ ਮਾਰੀ ਫਸਲ ਕਦੀ ਹਰੀ ਨਹੀਂ ਹੁੰਦੀ। ਫਿਰ ਇਹੋ ਜਿਹੇ ਬੰਦਿਆਂ ਦੀ ਹਾਲਤ ਇਹੋ ਜਿਹੀ ਹੁੰਦੀ। ਭਾਈ ਗੁਰਦਾਸ ਜੀ ਕਹਿੰਦੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕੇ ਨਾਉ ਮੈਂ ਤੂੰ ਲਾਗੇ ਅਗਨ, ਕੈਸੇ ਕੇ ਬੁਝਾਈਏ। ਕਹਿੰਦੇ ਬਾਹਰ ਦੀ ਅੱਗ ਪਾਣੀ ਬੁਝਾ ਸਕਦਾ ਹੈ। ਬੰਦਾ ਕਿਸ਼ਤੀ ਦੇ ਵਿੱਚ ਬੇੜੀ ਦੇ ਵਿੱਚ ਸਫ਼ਰ ਕਰਦਾ ਹੋਵੇ, ਕਿਸ਼ਤੀ ਦੇ ਵਿੱਚ ਕਿਸੇ ਕਾਰਨ ਅੱਗ ਲੱਗ ਜੇ, ਜੇ ਬੰਦਾ ਪਾਣੀ ਦਾ ਸਹਾਰਾ ਲੈਂਦਾ ਤੇ ਪਾਣੀ ਵੀ ਕਿਸ਼ਤੀ ਨੂੰ ਡੋਬਦੀ ਏ, ਤੇ ਜੇ ਪਾਣੀ ਦਾ ਸਹਾਰਾ ਨਹੀਂ ਲੈਂਦਾ ਤੇ ਸੜ ਕੇ ਭਸਮ ਹੋ ਰਹੀ। ਕਹਿੰਦੇ ਫਿਰ ਇਹੋ ਜਿਹੇ ਬੰਦਿਆਂ ਦੀ ਹਾਲਤ ਇਹੋ ਜਿਹੀ ਹੁੰਦੀ। ਦਾਤਾ ਜੀ ਦੀ ਅਪਾਰ ਕਿਰਪਾ ਹੋਈ ਕਿ ਬਾਪੂ ਜੀ ਬੜੀ ਸੋਹਣੀ ਆਪਣੀ ਆਰਜਾ ਭੋਗ ਕੇ ਇਸ ਸੰਸਾਰ ਤੋਂ ਗਏ ਨੇ। ਯਾਦ ਰੱਖਣਾ ਜਿਹੜੇ ਜਨਮ ਸਵਾਰ ਕੇ ਜਾਂਦੇ, ਆਪਣੇ ਧੀਆਂ ਪੁੱਤਰਾਂ ਨੂੰ ਚੰਗੇ ਗੁਰਮਤ ਦੇ ਸੰਸਕਾਰ ਦੇ ਕੇ ਜਾਂਦੇ, ਆਪਣੇ ਬੱਚਿਆਂ ਦੀ ਗੁਰਮਤ ਅਨੁਸਾਰ ਵਧੀਆ ਪਰਵਰਿਸ਼ ਕਰਦੇ ਨੇ, ਜਦੋਂ ਇਹ ਸੰਸਾਰ ਤੋਂ ਜਾਂਦੇ ਨੇ ਨਾ, ਉਹਨਾਂ ਨੂੰ ਬਾਣੀ ਵੀ ਕਹਿੰਦੀ ਹੈ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਯਾਦ ਰੱਖਣਾ ਦੁੱਖ ਕਿਹਦਾ ਜਾਣਦਾ, ਇਹਦੀ ਆਪਾਂ ਵਿਆਖਿਆ ਕਰਨੀ। ਮੌਤ ਦੀ ਗੱਲ ਬੰਦਾ ਨਾ ਤੇ ਕਰਨੀ ਚਾਹੁੰਦਾ ਤੇ ਨਾ ਸੁਣਨੀ ਚਾਹੁੰਦਾ, ਇਹ ਮਨੁੱਖੀ ਫਿਤਰਤ ਤੇ ਮਨੁੱਖੀ ਸੁਭਾਅ ਹੈ। ਜਦੋਂ ਵੀ ਕੋਈ ਮੌਤ ਦੀ ਗੱਲ ਕਰਦਾ ਨਾ, ਬੰਦਾ ਕਹਿੰਦਾ ਟੌਪਿਕ ਬਦਲ, ਕੋਈ ਹੋਰ ਗੱਲ ਸੁਣਾ, ਕੋਈ ਵਿਸ਼ਾ ਹੋਰ ਛੇੜ। ਪਰ ਕੋਈ ਸਮਾਂ ਆਉਂਦਾ ਜਦੋਂ ਬੰਦਾ ਕੇਵਲ ਮੌਤ ਦੀ ਗੱਲ ਕਰਦਾ ਹੈ ਤੇ ਕੇਵਲ ਮੌਤ ਦੀ ਗੱਲ ਸੁਣਦਾ ਹੈ। ਅੱਜ ਉਹ ਸਮਾਂ ਮਿਲਿਆ ਹੈ, ਆਪਾਂ ਕੇਵਲ ਮੌਤ ਦੀ ਗੱਲ ਕਰਨੀ ਜਿੰਨਾ ਕੁ ਸਮਾਂ ਮਿਲਿਆ ਹੈ। ਸਰਬੱਤ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਦੁਨੀਆਂ ਦੇ ਅੰਦਰ ਧਰਮਾਂ ਦੀ ਬਹੁਤਾਤ ਗਿਣਤੀ ਹੈ। ਇੱਕ ਧਰਮ ਦੀ ਵਿਚਾਰਧਾਰਾ, ਸਿਧਾਂਤ, ਪੈਟਰਨ, ਸੋਚ ਦੂਜੇ ਧਰਮ ਨਾਲ ਮੇਲ ਨਹੀਂ ਖਾਂਦੀ। ਹੁਣ ਹਿੰਦੂ ਧਰਮ ਦੀ ਵਿਚਾਰਧਾਰਾ ਇਸਲਾਮ ਧਰਮ ਨਾਲ ਮੇਲ ਨਹੀਂ ਖਾਂਦੀ, ਹੁਣ ਇਸਲਾਮ ਧਰਮ ਦੀ ਵਿਚਾਰਧਾਰਾ ਬੁੱਧ ਧਰਮ ਨਾਲ ਮੇਲ ਨਹੀਂ ਖਾਂਦੀ, ਬੁੱਧ ਧਰਮ ਦੀ ਵਿਚਾਰਧਾਰਾ ਸਿੱਖ ਧਰਮ ਨਾਲ ਮੇਲ ਨਹੀਂ ਖਾਂਦੀ, ਸਿੱਖ ਧਰਮ ਦੀ ਵਿਚਾਰਧਾਰਾ ਜੈਨ ਧਰਮ ਨਾਲ ਮੇਲ ਨਹੀਂ ਖਾਂਦੀ। ਹਰੇਕ ਧਰਮ ਦੀ ਆਪਣੀ ਸੋਚ ਹੈ, ਆਪਣੀ ਵਿਚਾਰ ਹੈ, ਆਪਣਾ ਸਿਧਾਂਤ ਹੈ, ਆਪਣੇ ਧਾਰਮਿਕ ਗ੍ਰੰਥ ਨੇ, ਪਰ ਇੱਕ ਜਗ੍ਹਾ ਤੇ ਆ ਕੇ ਸਾਰੇ ਧਰਮ ਇੱਕ ਹੋ ਜਾਂਦੇ ਨੇ। ਉਹ ਕਿਹੜੀ ਗੱਲ ਤੇ ਹੁੰਦੇ ਨੇ? ਕਹਿੰਦੇ ਵੀ ਜਿਹੜਾ ਵੀ ਬੰਦਾ ਸੰਸਾਰ ਤੇ ਆਇਆ ਨਾ, ਉਹਨੇ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ। ਜਿਹਨੂੰ ਮੇਰੇ ਬਾਬੇ ਦੀ ਬਾਣੀ, ਉੱਥੇ ਮੌਤ ਇੱਕ ਅਕਲ ਸਚਿਆਈ, ਜਿਸ ਚੀਜ਼ ਦਾ ਜਨਮ ਨਹੀਂ ਹੋਇਆ ਮੌਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਜ਼ੂਰ ਕਹਿੰਦੇ ਜਨਮੰਗ ਤਾਂ ਮਰਨੰਗ, ਹਰਖੰ ਤਾਂ ਸੋਗੰ, ਕਹਿੰਦੇ ਜਿੱਥੇ ਹਰਖੇ ਉੱਥੇ ਸੋਗ, ਜਿੱਥੇ ਖੁਸ਼ੀ ਉੱਥੇ ਗਮੀ ਏ। ਪਰ ਸਾਡੀ ਬਦਕਿਸਮਤੀ, ਅਸੀਂ ਖੁਸ਼ੀ ਨੂੰ ਬੜਾ ਵਧੀਆ, ਬੰਦੇ ਨੇ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ।
ਦੇਖੋ ਕਮਾਲ ਦੀ ਗੱਲ ਹੈ, ਹਜ਼ੂਰ ਮਰੇ ਜੀ ਆ ਜਾਣ ਤੇ ਸਭ ਤੋਂ ਪਹਿਲਾਂ ਬੰਦਾ ਨਾਤਾ ਹੀ ਆਪਣੇ ਮੁਰਸ਼ਦ ਦੇ ਨਾਲੋਂ ਤੋੜਦਾ, ਆਪਣੇ ਗੁਰੂ ਦੇ ਨਾਲੋਂ ਤੋੜ ਕੇ ਦੇਹ ਧਾਰੀਆਂ ਤੰਬੀਆਂ ਪਖੰਡੀਆਂ ਜਾਦੂ ਟੂਣੇ ਕਰਮ ਕਾਂਡ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ। ਮਾੜਾ ਜਿਹਾ ਦੁੱਖ ਆਉਂਦਾ ਤੇ ਸਭ ਤੋਂ ਪਹਿਲਾਂ ਗੁਰੂ ਨਾਲ ਨਾਤਾ ਤੋੜਦਾ, ਤੇ ਜੇ ਖੁਸ਼ੀ ਆਉਂਦੀ ਤੇ ਫਰੰਟ ਤੇ ਲਿਖ ਦਿੰਦਾ ਏਪੇ ਦਾਤ ਤੇਰੀ ਦਾ ਤਾਰ, ਕੋਠੀ ਤੇ ਲਿਖ ਦਿੱਤਾ, ਗੱਡੀ ਤੇ ਲਿਖ ਦਿੱਤਾ। ਤੇ ਗੁਰੂ ਪਾਤਸ਼ਾਹ ਕਹਿੰਦੇ ਭਲਿਆ ਜਾਤ ਤੇ ਮੈਨੂੰ ਲੱਗਦਾ ਵੀ ਇਦੂ ਪਹਿਲੀਆਂ ਪੰਕਤੀਆਂ ਤੂੰ ਪੜ੍ਹੀਆਂ ਨਹੀਂ। ਇਦੂ ਪਹਿਲੀਆਂ ਪੰਕਤੀਆਂ ਕਿਹੜੀਆਂ ਨੇ? ਕੀਰਤੀਆਂ ਦੁੱਖ ਭੂਖ ਸੱਦ ਮਾਰ ਏਪੇ ਦਾਤ ਤੇਰੀ ਦਾ ਤਾਰ, ਸਵਾਦ ਤਾਂ ਸੀ ਗੁਰੂ ਕੇ ਸਿੱਖਾ ਤੈਨੂੰ ਦੁੱਖ ਤੇ ਭੁੱਖ ਦੀ ਮਾਰ ਵੱਜਦੀ, ਤੇ ਤੂੰ ਉਦੋਂ ਵੀ ਹੱਥ ਜੋੜ ਕੇ ਕਹਿੰਦਾ ਏਪੇ ਦਾਤ ਤੇਰੀ ਦਾ ਤਾਰ, ਪਰ ਦੁੱਖ ਤੇ ਭੁੱਖ ਦੀ ਮਾੜੀ ਦੀ ਮਾਰ ਵੱਜਦੀ ਤੇ ਬੰਦਾ ਪਹਿਲਾਂ ਗੁਰੂ ਨਾਲੋਂ ਨਾਤਾ ਤੋੜਦਾ। ਹਜ਼ੂਰ ਕਹਿੰਦੇ ਯਾਦ ਰੱਖ ਜਿੱਥੇ ਖੁਸ਼ੀ ਉੱਥੇ ਗਮੀ ਏ, ਜਿੱਥੇ ਦੁੱਖ ਨੇ ਉੱਥੇ ਸੁੱਖ ਨੇ, ਜਿੱਥੇ ਧੁੱਪ ਏ ਉੱਥੇ ਛਾਂ ਏ, ਜਿੱਥੇ ਸੱਚ ਉੱਥੇ ਝੂਠ ਏ, ਜਿੱਥੇ ਬਸੰਤ ਉੱਥੇ ਪਤਝੜ ਏ, ਜਿੱਥੇ ਜਨਮ ਏ ਉੱਥੇ ਮਰਨ ਏ। ਇਹ ਤੈਨੂੰ ਮੰਨਣਾ ਪੈਣਾ, ਇਹ ਤੈਨੂੰ ਮੰਨਣਾ ਪੈਣਾ। ਵੇਖ ਗੁਰੂ ਪਾਤਸ਼ਾਹ ਦੇ ਰੂਪ ਦੇ ਵਿੱਚ ਆਏ, ਉਹਨਾਂ ਨੂੰ ਵੀ ਸੰਸਾਰ ਤੋਂ ਜਾਣਾ ਪਿਆ, ਜੰਮਣ ਮਰਨਾ ਹੁਕਮ ਹੈ। ਤੇ ਜਦੋਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੇ ਆ ਨਾ, ਹਜ਼ੂਰ ਕਹਿੰਦੇ ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੌ ਸਲੋ ਚਲਤ ਹੈ, ਬੜੇ ਬੜੇ ਰਾਜਨ ਕੇ ਦਾਪਤ ਫਿਰਤ ਦੇਸ਼, ਬੜੇ ਬੜੇ ਰਾਜਨ ਕੇ ਦ੍ਰਪ ਕੋ ਦਲਤ ਹੈ, ਮਾਣ ਕੇ ਮਹੀਪ ਉਹ ਦਲੀਪ ਜੈਸੇ ਛਤਰਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਦ। ਕਹਿੰਦੇ ਵੱਡੇ ਵੱਡੇ ਕਹਿੰਦੇ ਉਹ ਵੀ ਇਸ ਸੰਸਾਰ ਤੋਂ ਖਾਲੀ ਹੱਥ ਗਏ ਨੇ। ਤੇ ਜਦੋਂ ਆਪਾਂ ਰੋਜ਼ ਨਿਤਨੇਮ ਦੀ ਬਾਣੀ ਪੜ੍ਹਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੁਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਪਛਾਣ ਕੇ ਭੂਖ ਭਲੀ ਬਿੱਤ ਨਿਆਵਤ ਸੀਸ ਨਾ ਜਾਤ ਵਿਚਾਰੇ, ਇੱਥੇ ਪਏ ਤੂੰ ਕਹਾਂ ਪਏ ਧੂਪਤ ਅੰਤ ਕੋ ਨਾਂਗੇ ਭਾਈ ਧਾਰੇ। ਮਾਤੇ ਕਹਿੰਦੇ ਮਸਤੀ, ਮਤੰਗ ਕਹਿੰਦੇ ਹਾਥੀ, ਜਰੇ ਜਰ ਸੰਗ ਕਹਿੰਦੇ ਉਹ ਮਸਤੇ ਹਾਥੀ ਹੀਰੇ ਜਵਾਹਰਾਤਾਂ ਨਾਲ ਜੜੇ ਆਉਣ, ਬੰਦਾ ਉਹਨਾਂ ਦੀ ਸਵਾਰੀ ਕਰਦਾ ਹੋਵੇ, ਕੋਟ ਤੁਰੰਗ ਕੁਰੰਗ ਸੇ ਕੁਦਤ ਕਰੋੜਾਂ ਉਹਦੇ ਕੋਲ ਘੋੜੇ ਹੋਣ, ਹਿਰਨਾਂ ਵਰਗੀਆਂ ਛਾਲਾਂ, ਬੰਦਾ ਉਹਨਾਂ ਦੀ ਸਵਾਰੀ ਕਰੇ ਤੇ ਸਵਾਰੀ ਕਰਨ ਵਾਲੇ ਬੰਦੇ ਦੀਆਂ ਭੁਜਾਵਾਂ ਦੇ ਅੰਦਰ ਇਤਨਾ ਘੁਬਲ ਹੋਵੇ, ਭਾਰੀ ਭੁਜਾਣ ਕੇ ਭੂਖ ਭਲੀ ਬਿੱਤ ਨਿਆਵਤ ਸੀਸ ਨਾ ਜਾਤ ਵਿਚਾਰੇ, ਉਹਨੂੰ ਸਿਰ ਨਵਾਉਣ ਵਾਲੇ ਹੱਥ ਗਏ ਨੇ। ਵੇਖੋ ਨਾਂਗੇ ਆਵਣ ਨਾਂਗੇ ਜਾਣਾ, ਨੰਗੇ ਆਏ ਸਾਂ ਨੰਗੇ ਜਾਂਦੇ ਹਾਂ, ਪਰ ਜਿਹੜੀ ਜ਼ਿੰਦਗੀ ਦੇ ਵਿੱਚ ਜੰਮਣ ਤੋਂ ਮਰਨ ਦੇ ਵਿਚਲਾ ਸਮਾਂ ਜੀਵਨ ਹੈ ਨਾ, ਸਾਡੀ ਪੈਸੇ ਦੇ ਨਾਲ ਸੰਪੱਤੀ ਦੇ ਨਾਲ ਇੰਨੀ ਕੁ ਜਕੜ ਬਣ ਜਾਂਦੀ ਹੈ। ਹੁਣ ਇੱਕ ਬਜ਼ੁਰਗ ਅੱਤ ਦਰਜੇ ਦੀ ਬਿਮਾਰੀ ਦਾ ਸ਼ਿਕਾਰ ਹੈ, ਮੰਜੇ ਤੋਂ ਉਹਦੇ ਕੋਲ ਉੱਠਿਆ ਨਹੀਂ ਜਾਂਦਾ, ਪਰਿਵਾਰ ਦੇ ਜੀ ਵੀ ਸਤਿਕਾਰ ਨਹੀਂ ਕਰਦੇ, ਪਰ ਉਹਦਾ ਮਰਨ ਨੂੰ ਚਿੱਤ ਨਹੀਂ ਕਰਦਾ, ਯਾਦ ਰੱਖਣਾ। ਪਰ ਇੱਕ ਪਾਸੇ ਯਾਦ ਰੱਖਿਆ ਜੇ ਮੌਤ ਜਿਹੜੀ ਨਾ ਬੜੀ ਬਲਵਾਨ ਹੈ, ਕੋਈ ਬੰਦਾ ਬਾਂਹ ਖੜੀ ਕਰਕੇ ਕਹਿ ਨਹੀਂ ਸਕਦਾ ਵੀ ਮੌਤ ਨੇ ਅਜੇ ਤਾਈਂ ਮੇਰੇ ਵਿਹੜੇ ਦਾ ਦਰਵਾਜ਼ਾ ਨਹੀਂ ਖੜਕਾਇਆ, ਵੀ ਮੇਰੇ ਦਰਵਾਜ਼ਾ ਨਹੀਂ ਮੌਤ ਨੇ ਮੇਰੇ ਵਿਹੜੇ ਦਾ ਅਜੇ ਤਾਈਂ ਖੜਕਾਇਆ। ਕੋਈ ਗੱਲ ਕਰਦੇ ਕਹਿੰਦੇ ਵੀ ਅੱਜ ਲੁਕਮਾਨ ਹਕੀਮ ਨੂੰ 10 ਲੱਖ ਦੇ, 10 ਲੱਖ ਉਹਦੇ ਸਟੂਡੈਂਟਾਂ ਨੇ ਉਹਦੇ ਚਾਹਦਿਆਂ ਨੇ ਉਹਨੂੰ ਦਵਾਈ ਦਿੱਤੀ, ਪਰ ਕਹਿੰਦੇ ਦਵਾਈ ਅਸਰ ਨਾ ਕੀਤੀ, ਦਵਾਈ ਨੇ ਆਪਣਾ ਅਸਰ ਨਾ ਵਿਖਾਇਆ। ਉਹਦੇ ਸਟੂਡੈਂਟ ਦਵਾਈ ਕੋਲ ਬਣਦੀ ਨਾਲੀ ਹੈ, ਉਹਦੇ ਵਿੱਚ ਦਵਾਈ ਸੁੱਟ ਦਿੱਤੀ, ਕਹਿੰਦੇ ਵਹਿੰਦਿਆਂ ਵਹਿੰਦਿਆਂ ਪਾਣੀ ਉੱਥੇ ਜੰਮ ਗਿਆ। ਸਟੂਡੈਂਟ ਬੜੇ ਹੈਰਾਨ ਹੋ ਕੇ ਕਹਿੰਦੇ ਨੇ ਵੈਦ ਜੀ ਫਿਰ ਦਵਾਈ ਤੁਹਾਡੇ ਤੇ ਅਸਰ ਕਿਉਂ ਨਹੀਂ ਕਰ ਰਹੀ? ਕਹਿੰਦੇ ਯਾਦ ਰੱਖਣਾ ਦਵਾਈ ਕਿਸੇ ਬਿਮਾਰੀ ਦੀ ਹੈ, ਇਹ ਦਵਾਈ ਬਿਮਾਰੀ ਤੇ ਅਸਰ ਕਰ ਸਕਦੀ ਪਰ ਮੌਤ ਤੇ ਨਹੀਂ। ਹੁਣ ਮੌਤ ਮੇਰੇ ਬੜੇ ਨਜ਼ਦੀਕ ਹੈ, ਉਹਨੇ ਮੈਨੂੰ ਲੈ ਕੇ ਜਾਣਾ। ਤੇ ਯਾਦ ਰੱਖਿਆ ਜੀ ਮੌਤ ਬੜੀ ਜ਼ੋਰਾ ਵਾਲੀ, ਹਜ਼ੂਰ ਕਹਿੰਦੇ ਮਲਕ ਮੌਤ ਜਾਂ ਆਪਸੀ ਸਭ ਦਰਵਾਜ਼ੇ ਹਨ, ਇਹ ਬੜੀ ਜ਼ੋਰਾ ਵਾਲੀ, ਇਹ ਬੜੀ ਬਲਵਾਨ ਹੈ। ਗੱਲ ਸਮਝ ਆ ਜੇ ਕਹਿੰਦੇ ਦੋ ਦੋਸਤ ਬਚਪਨ ਦੇ ਵਿੱਚ ਇਕੱਠੇ ਪੜ੍ਹਦੇ ਨੇ, ਪਹਿਲਾਂ ਇੱਕੋ ਪਿੰਡ ਦੇ ਵਿੱਚ ਜੰਮੇ, ਇੱਕੋ ਪਿੰਡ ਦੀਆਂ ਗਲੀਆਂ ਦੇ ਵਿੱਚ ਖੇਡ ਕੇ ਥੋੜੇ ਜਿਹੇ ਵੱਡੇ ਹੋਏ, ਇੱਕੋ ਪਾਠਸ਼ਾਲਾ ਦੇ ਵਿੱਚ ਪੜ੍ਹੇ, ਪਰਮਾਤਮਾ ਦਾ ਇਹੋ ਜਿਹਾ ਸਬੱਬ ਬਣਿਆ, ਇੱਕੋ ਫੈਕਟਰੀ ਦੇ ਵਿੱਚ ਉਹਨਾਂ ਨੇ ਜੋਬ ਕੀਤੀ, ਦੋਵੇਂ ਦੋਸਤ ਬੜੇ ਸਕੇ ਨੇ, ਇੱਕ ਦੂਜੇ ਦੇ ਦੁੱਖਾਂ ਤੇ ਸੁੱਖਾਂ ਦੇ ਸਕੇ ਨੇ। ਕਹਿੰਦੇ ਵੀ ਸਿੱਖੀਆਂ ਪਾਲੀਆਂ ਬਾਪੂ ਨਾਲ ਬਜ਼ੁਰਗਾਂ ਨੂੰ ਨਾਲ ਰਹਿਣਾ ਪੈਂਦਾ, ਹੁਣ ਇਹਨਾਂ ਦੋਵਾਂ ਦੋਸਤ ਅਕਸਰ ਬਿਮਾਰ ਰਹਿੰਦਾ, ਮੈਨੂੰ ਮਿਲਣਾ, ਮੇਰਾ ਚਿੱਤ ਕਰਦਾ ਤੈਨੂੰ ਮਿਲ ਲਓ, ਮੈਂ ਅਕਸਰ ਬਿਮਾਰ ਰਹਿੰਦਾ ਮੈਨੂੰ ਮਿਲ ਕੇ ਜਾ। ਤੇ ਜਦੋਂ ਦੋਸਤ ਨੂੰ ਖੱਤ ਮਿਲਦਾ ਨਾ, ਉਹ ਪੜ੍ਹਦਾ ਵੀ ਮੇਰੇ ਦੋਸਤ ਨੇ ਲਿਖਿਆ ਵੀ ਮਿਲਣ ਨੂੰ ਬੜਾ ਚਿੱਤ ਕਰਦਾ,
मैं अपने आप जा नहीं सकता, इन्ना तू मेनू बीमारी ने जकड़ लिया भी मैं मंजे तू नहीं उठ सकता, मैं तेन उठ के किवें मिलना वा सकता। तू अपने घर वाले ना विचार करता है कहता तो मैं अपने दोस्त को मिल जा, इन्हें इन्ने एक होर खत दूजे दिन आ जाता है जिदे विच लिखा हुंदा तेरा दोस्त तेनू सदीवी विछोड़ा दे गया। वो खत पढ़ के पता की कहता है, कहता कल तो खत में लिखा था, बापू खांदा दोवें एक दूजे नाल अपने दुख सुख वंडदे ने, बड़ा सोहना जीवन बसर करदे। कहिंदे बेबे बापू सरीर विछोड़ा दे गए, बेबे बापू नूं सरीर विछोड़ा दे गई, बापू रह गया कला। ਹੁਣ ਕੰਮ ਨੂੰ ਕਿਸੇ ਦਾ ਖੜਕਾਉਂਦਾ ਹੈ? ਕਹਿੰਦੇ ਬਾਪੂ ਮਸਾਂ 2.5 ਮਹੀਨੇ ਕੱਢਦਾ, ਬਾਪੂ ਵੀ ਚੜ੍ਹਾਈ ਕਰ ਜਾਂਦਾ। ਬਾਪੂ ਜਦੋਂ ਚੜ੍ਹਾਈ ਕਰਦਾ ਨਾ ਪਿੰਡ ਵਾਲੇ, ਉਹਦੇ ਦੋ ਪੁੱਤਰ ਨੇ, ਇੱਕ ਕੈਨੇਡਾ ਦੇ ਵਿੱਚ ਰਹਿੰਦਾ ਤੇ ਇੱਕ ਅਮੈਰੀਕਾ ਦੇ ਵਿੱਚ ਰਹਿੰਦਾ। ਜੋ ਕੁਝ ਕਰਨਾ ਸੀ ਆ ਕੇ ਕਰਨਾ, ਇਮੀਜੀਏਟਲੀ ਜਿਹੜੀ ਫਲਾਈਟ ਮਿਲਦੀ ਅਸੀਂ ਆ ਰਹੇ ਹਾਂ, ਤੁਸੀਂ ਕੁਝ ਨਹੀਂ ਕਰਨਾ। ਕਹਿੰਦੇ ਇਹਨੇ ਮਿਲ ਕੇ ਇਸੇ ਪ੍ਰਕਾਰ ਹੁੰਦਾ, ਦੋਵੇਂ ਪੁੱਤਰ ਇੱਕ ਕੈਨੇਡਾ ਤੋਂ ਇੱਕ ਅਮਰੀਕਾ ਤੋਂ ਆਉਂਦੇ ਨੇ, ਆਪਣੇ ਹੱਥੀਂ ਆ ਕੇ ਸਾਰੇ ਕਾਰਗਾਰ ਕਰਦੇ। ਕਹਿੰਦੇ ਜਦੋਂ ਭੋਗ ਦਾ ਸਮਾਂ ਨੇੜੇ ਹੁੰਦਾ ਨਾ, ਦੋਵੇਂ ਭਰਾ ਬਈ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਨੂੰ ਫੋਨ ਕਰ ਦਈਏ ਵੀ ਸਾਰੇ ਪਹੁੰਚੋ, ਇਸ਼ਤਿਹਾਰ ਦੇ ਥੱਲੇ ਵਿਸ਼ੇਸ਼ ਕਰਕੇ ਲਿਖਣਾ ਗੁਰਕਾ ਲੰਗਰ ਅਟੁੱਟ ਵਰਤੇ। ਹੁਣ ਕਹਿੰਦੇ ਭੋਗ ਦਾ ਸਮਾਂ ਆਉਂਦਾ, ਪੰਡਾਲ ਲੱਗੇ ਨੇ। ਹੁਣ ਇੱਕ ਪਿੰਡ ਦਾ ਅਮਲੀ ਪੰਡਾਲ ਚ ਵੜਦਾ। ਭਲਿਆਂ ਵੇਲਿਆਂ ਦੀ ਗੱਲ ਕਰਨਾ, ਪਿੰਡ ਦਾ ਇੱਕ ਅਮਲੀ ਆਈ ਤੇ ਘਰ ਘਰ ਅਮਲੀ ਨੇ ਭਲਿਆਂ ਵੇਲੇ ਦੀ ਗੱਲ ਕਰਦਾ। ਹੱਸ ਹੁੰਦਾ ਸੀ, ਟੋਟਕਾ ਜਿਹੜਾ ਹੁੰਦਾ ਸੀ ਨਾ, ਬੰਦੇ ਦੇ ਜੀਵਨ ਨੂੰ ਬਦਲ ਦਿੰਦਾ ਸੀ। ਭਲਿਆਂ ਵੇਲਿਆਂ ਦੀ ਗੱਲ ਕਰਦਾ ਵੀ ਇੱਕ ਅਮਲੀ ਆਈ ਤੇ ਕੋਈ ਵਿਹੜਾ ਭਾਵੇਂ ਬੱਚਾ ਵੀ ਨਹੀਂ ਤੇ ਅਮਲ ਹਰੇਕ ਵਿਹੜੇ ਦੇ ਵਿੱਚ ਪਹੁੰਚਿਆ। ਮੈਂ ਤੇ ਹੈਰਾਨ ਹੁੰਦਾ ਵੀ ਟਰੈਕਟਰ ਸਾਡਾ, ਟਰਾਲੀ ਸਾਡੀ, ਰੇਤਾ ਸਾਡੀ, 2 ਮੀਲ ਨਹੀਂ ਜਾਂਦੀ, ਨਸ਼ਾ 200 ਮੀਲ ਜਾਂਦਾ, ਸਾਡੇ ਉੱਧਰੋਂ ਚੱਲਦਾ ਨਾ, ਅਟਾਰੀ ਤੋਂ ਵਾਗੇ ਤੋਂ ਕਰਦਾ, ਨਸ਼ਾ 200 ਮੀਲ ਜਾਂਦਾ, ਰੇਤਾ 2 ਮੀਲ ਨਹੀਂ ਜਾਂਦੀ। ਚੋਣ ਜਾਪਦਾ ਲੱਗਦਾ ਨਸ਼ੇ ਤੇ, ਜਿਹਨਾਂ ਤੁਸੀਂ ਪੰਥਕ ਕਹਿੰਦੇ ਜੇ ਕਿ ਉਹਨਾਂ ਦਾ ਇਹ ਕੰਮ ਸੀ ਵੀ ਘਰ ਘਰ ਨਸ਼ਾ ਪਹੁੰਚਾਉਣਾ ਤੇ ਸਿੱਖੀ ਦਾ ਪ੍ਰਚਾਰ ਔਰ ਪ੍ਰਸਾਰ ਕਰਨਾ। ਖੈਰ ਵਿਸ਼ਾ ਵੱਖਰਾ ਹੈ। ਕਹਿੰਦੇ ਪਿੰਡ ਦਾ ਇੱਕ ਅਮਲੀ ਜਦੋਂ ਪੰਡਾਲ ਚ ਵੜਦਾ ਕੀ ਵਹਿੰਦਾ? ਕਿਸੇ ਪਾਸੇ ਗੁਲਾਬ ਜਾਮਣ, ਕਿਸੇ ਪਾਸੇ ਰਸਗੁੱਲੇ, ਕਿਸੇ ਪਾਸੇ ਜਲੇਬੀਆਂ, ਕਿਤੇ ਪਨੀਰ, ਕਿਤੇ ਸ਼ਾਹੀ ਪਨੀਰ, ਉਹਦੇ ਕੋਲੋਂ ਰਿਹਾ ਨਹੀਂ ਜਾਂਦਾ। ਉਹਦੇ ਦੋਵਾਂ ਮੁੰਡਿਆਂ ਨੂੰ ਕਹਿੰਦਾ, ਹਰਬੰਸ ਸਿਆ ਉਰਾ ਆ, ਕਲਵੰਤ ਸਿਆ ਉਰਾ ਆ, ਤੁਹਾਡਾ ਬਾਪੂ ਰਾਤੀ ਸ਼ਬੇਗ ਸੋ ਮੇਰੇ ਉਸਤਾ ਕਹਿੰਦਾ ਤਾਇਆ, ਫਿਰ ਸਾਡਾ ਬੁੱਢਾ ਰਾਤੀ ਤੇਰੇ ਸੁਪਨੇ ਜਾ ਕੇ ਕੀ ਕਹਿੰਦਾ? ਕਹਿੰਦਾ ਵੀ ਉਹ ਆਂਦਾ ਵੀ ਸਵੇਰੇ ਮੇਰੇ ਨਾ ਕੰਜਰ ਪੁੱਤਰਾਂ ਨੂੰ ਜਾ ਕੇ ਕਹਿ ਦੀ ਵੀ ਜਿੰਨਾ ਲੰਗਰ ਹੋਣ ਲਾਇਆ ਜੀ ਨਾ, ਇੰਨਾ ਕਿਤੇ ਬੁੜੇ ਨੂੰ ਛਕਾਉਂਦੇ, ਬੁੜਾ ਜੇ 10 ਸਾਲ ਨਹੀਂ ਸੀ ਮਰਦਾ, ਬੁੜਾ ਤੇ ਭੁੱਖ ਨਾਲ ਜੂਝਦਾ ਮਰ ਗਿਆ। ਕਦੀ ਸ਼ਰੀਕਾਂ ਦਾ ਕਿਸੇ ਦਾ ਵਿਹੜਾ ਖੜਕਾ ਤੇ ਕਦੀ ਕਿਸੇ ਦਾ ਖੜਕਾ, ਜੇ ਇੰਨੇ ਕਿਤੇ ਪਨੀਰ, ਸ਼ਾਹੀ ਪਨੀਰ ਕਿਤੇ ਬਾਪੂ ਨੂੰ ਮਿਲਦੇ, ਬਾਪੂ ਜੇ 10 ਸਾਲ ਨਹੀਂ ਸੀ ਜਾਂਦਾ। ਕਹਿਣ ਤੋਂ ਮੁਰਾਦ ਜਿਉਂਦਿਆਂ ਦੀ ਸੇਵਾ ਕਰੋ। ਰੱਬੀ ਬਾਣੀ ਕਹਿੰਦੀ ਜੀਵਤ ਪਿੱਤਰ ਨਾ ਮਾਨਿਆ ਕਹੂ ਮੁਆ, ਸ਼ਰਾਧ ਕਰਾਹੀ ਮਰਨ ਤੋਂ ਬਾਅਦ ਬੜੇ ਘੱਟ ਕੀਤੇ ਜਾਂਦੇ ਨੇ। ਗੁਰੂ ਸਵਾਰਿਓ ਜਿਉਂਦਿਆਂ ਦੀ ਸੇਵਾ ਰੱਜ ਕੇ ਕਰੋ, ਜਿਵੇਂ ਆ ਗੁਰਮੁਖ ਵੀਰਾਂ ਨੇ, ਵੇਖੋ ਸਾਰੇ ਸਾਬਤ ਸੂਰਤ ਹੈ। ਬਾਪੂ ਦੀ ਬਾਹਰ ਫੋਟੋ ਲੱਗੀ, ਉਹ ਸਾਬਤ ਸੂਰਤ, ਉਹ ਕਹਿੰਦੇ ਨੇ ਵੀ ਉਹਨਾਂ ਦੀ ਦੁਕਾਨ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲਦਾ ਹੈ। ਕਮਾਲ ਦੀ ਗੱਲ ਹੈ, ਕਿਤੇ ਇਹੋ ਜਿਹਾ ਜੀਵਨ ਆਪਣਾ ਸਾਰਿਆਂ ਦਾ ਬਣਦੇ। ਵੇਖੋ ਗੁਰੂ ਪਾਤਸ਼ਾਹ ਕਹਿੰਦੇ ਵੀ ਕਿਹਨੂੰ ਭੇਜਣ ਦਾ ਮਜ਼ਾ ਨਹੀਂ ਆਇਆ, ਸਮਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਮੈਂ ਗੱਲ ਦੋ ਬੰਦਿਆਂ ਦੀ ਕਰਨਾ ਚਾਹੁੰਦਾ ਵੀ ਇੱਕ ਨੂੰ ਤੇ ਮੇਰੇ ਪਾਤਸ਼ਾਹ ਨੇ ਕਿਹਾ ਗੁਰਮੁਖ ਜਨਮ ਸਵਾਰ ਦਰਗਿਆ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੰਡ ਮੱਲਿਆ, ਪਰ ਇੱਕ ਨੂੰ ਕਿਹਾ ਮਾਣੂ ਘੱਲੈ ਉੱਠੀ ਚੱਲੈ, ਸਾਧ ਨਹੀਂ ਅਵੇਹੀ ਗੱਲੈ। ਕਹਿੰਦੇ ਨੂੰ ਭੇਜਣ ਦਾ ਸਵਾਦ ਹੀ ਬਹੁਤ ਵੱਧ ਲੱਗਦਾ ਹੈ, ਇੱਕਦਮ ਹੱਥ ਵੱਜਦਾ ਹੈ, ਦੀਵਾ ਬਣੀ ਦੇ ਪੁੱਛਣ ਦੇ ਜਾ ਪੈਂਦਾ। ਉਹ ਸੇਡ ਥੱਲੇ ਝਾਤੀ ਮਾਰਦਾ ਕੀ ਦੇਖਦਾ ਕਿ ਦੀਵਾ ਚੜਨਾ ਸ਼ੁਰੂ ਹੋ ਗਿਆ, ਤੇਲ ਇੱਕ ਪਾਸੇ ਵੱਟੀ, ਇੱਕ ਪਾਸੇ ਮਿੱਟੀ, ਇੱਕ ਪਾਸੇ ਡਿੱਗਦੇ ਨੇ, ਚੱਕਣਾ ਸ਼ੁਰੂ ਹੋ ਜਾਂਦੇ।
ਜਦੋਂ 8-10 ਦੀਵੇ ਟੁੱਟਦੇ ਇਹਨਾਂ ਭੱਜਾ ਜਾਂਦਾ ਸੇਠ ਦਾ ਦਰਵਾਜ਼ਾ ਖੜਕਾਉਂਦਾ, ਕਹਿੰਦਾ ਸੇਠ ਜੀ ਬਾਹਰ ਆ ਲਓ ਬਾਹਰ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਰੱਬ ਜੀ ਟੁੱਟਾ ਸੀ ਮੇਰੇ ਕੋਲ ਇੱਕ ਦੀਵਾ, ਤੁਸੀਂ ਮੈਨੂੰ ਮਾਰੇ ਥੱਪੜ, ਮਾੜੇ ਚੰਗੇ ਬੋਲ ਬੋਲੇ, ਹੁਣ ਕਾਵਾਂ ਨੇ 8-10 ਦੀਵੇ ਮੇਰੇ ਵਿੰਝਿਆ ਭੰਨੇ ਨੇ, ਸਵਾਲ ਤਾਂ ਹੈ ਕਿ ਕਾਵਾਂ ਤੋਂ ਵੀ ਬਦਲਾ ਲਵੋ। ਹੁਣ ਸੇਠ ਬੜਾ ਸਿਆਣਾ ਸੀ, ਉਹਨੇ ਸੋਚਿਆ ਕਿ ਰਾਤ ਦੀ ਗੱਲ ਅਜੇ ਵੀ ਮੋਢਿਆਂ ਤੇ ਚੱਕੀ ਬੈਠਾ, ਰਾਤ ਦੀ ਗੱਲ ਅਜੇ ਵੀ ਮੋਢਿਆਂ ਤੇ ਚੱਕੀ ਬੈਠਾ, ਬੜੇ ਪ੍ਰੇਮ ਦੇ ਨਾਲ ਸ਼ਾਦੀਆਂ ਲਾਇਆ। ਕਈ ਵਾਰ ਕੀ ਹੁੰਦਾ ਸੀ, ਨਿੱਕੀਆਂ ਨਿੱਕੀਆਂ ਗੱਲਾਂ ਨਾ ਮੈਂ ਅੱਗੇ ਕਿਹਾ ਨਾ ਦੁਖੀ ਹੋਣ ਦੇ ਬੜੇ ਕਾਰਨ ਨੇ, ਪਰ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਦੁੱਖ ਦਾ ਕਾਰਨ। ਰਾਤ ਦੇ ਦੀਵੇ ਦੇ ਅੰਦਰ ਤੇ ਉਹਦੇ ਦੀਵੇ ਦੇ ਅੰਦਰ ਜ਼ਮੀਨ ਅਸਮਾਨ ਦਾ ਅੰਤਰ ਹੈ। ਉਹ ਕਹਿੰਦਾ ਕੀ ਅੰਤਰ ਹੈ? ਕਹਿੰਦਾ ਵੇਖ ਰਾਤ ਦਾ ਦੀਵਾ ਹੈ, ਕਿਉਂ ਨਾ ਅਸੀਂ ਖਿੜੇ ਮੱਥੇ ਮੰਨੀਏ ਤਾਂ ਇਹੋ ਜਿਹੇ ਪ੍ਰੋਗਰਾਮ ਬਣਾਏ ਸਫਲ ਹੋ ਸਕਦੇ ਨੇ। ਗੁਰੂ ਸਵਾਰਿਓ, ਮੈਂ ਕਹਿੰਦਾ ਵੀ ਬਾਪੂ ਜੀ ਨੂੰ ਸਭ ਤੋਂ ਅਸਲੀ ਸ਼ਰਧਾਂਜਲੀ ਇਹੋ ਹੀ ਹੋ ਸਕਦੀ ਹੈ ਵੀ ਅਸੀਂ ਆਪਣੇ ਮਾਪੇ ਸਾਹਮਣੇ, ਮੈਂ ਕਹਿੰਦਾ ਵੀ ਬਾਪੂ ਜੀ ਨੂੰ ਅਸਲੀ ਸ਼ਰਧਾਂਜਲੀ ਇਹੋ ਹੀ ਹੋ ਸਕਦੀ ਹੈ ਵੀ ਜੇ ਅਸੀਂ ਆਪਣੇ ਮਾਪੇ ਸਾਂਭਣੀਏ। ਅੱਜ ਮਾਫ ਕਰਨਾ, ਅੱਜ ਮਾਪੇ ਸਾਂਭੇ ਨਹੀਂ ਜਾ ਰਹੇ, ਅੱਜ ਉਹਨਾਂ ਦੀ ਉਹ ਸੇਵਾ ਸੰਭਾਲ ਹੋ ਨਹੀਂ ਰਹੀ ਜਿਸ ਆਸ ਦੇ ਨਾਲ ਮਾਂ ਆਪਣੇ ਪੁੱਤਰ ਨੂੰ ਜਨਮ ਦਿੰਦੀ ਹੈ ਨਾ। ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰਿਆ ਸਾ, ਵੱਡਾ ਹੋਏ ਤਨ ਖਾਟ ਦੇ ਕਰ ਭੋਗ ਮਿਲਾ ਸਾ, ਵੀ ਉਹ ਵੀ ਇਸੇ ਗੱਲ ਨਾਲ ਜਨਮ ਦਿੰਦਾ ਵੀ ਚਲੋ ਜਿੰਨੇ ਨੂੰ ਇਹਨੇ ਜਵਾਨ ਹੋਣਾ ਸੀ ਬੁਢਾਪੇ ਚੱਲ ਜਾਣਾ ਹੈ, ਬੁਢਾਪੇ ਸਾਡੀ ਲੱਖ ਬਣਨਗੇ, ਸਹਾਰਾ ਬਣਨਗੇ, ਪਰ ਉਹ ਬਜ਼ੁਰਗਾਂ ਨੂੰ ਰੁਲਿਆ ਜਾਂਦਾ ਹੈ। ਗੁਰੂ ਸਵਾਰਿਓ, ਮੈਂ ਤੇ ਕਹਿੰਦਾ ਵੀ ਅਸਲੀ ਸ਼ਰਧਾਂਜਲੀ ਇਹੋ ਹੀ ਹੈ ਵੀ ਆਪਣੇ ਬਜ਼ੁਰਗਾਂ ਨੂੰ ਸਾਂਭੋ ਤੇ ਬਜ਼ੁਰਗਾਂ ਦੇ ਜਾਣ ਤੋਂ ਬਾਅਦ ਕਿਸੇ ਲੋੜਵੰਦ ਦੀ ਮਦਦ ਕਰੋ ਜਿੱਥੇ ਤੁਹਾਨੂੰ ਲੱਗਦਾ ਹੈ, ਕਿਉਂਕਿ ਗਰੀਬ ਦਾ ਮੂੰਹ ਗੁਰੂ ਕੀ ਗੋਲ ਅੱਗੇ, ਭੁੱਖੇ ਦੇ ਮੂੰਹ ਦੇ ਵਿੱਚ ਪ੍ਰਸ਼ਾਦਾ ਪਾਉਣਾ ਗੁਰੂ ਨਾਨਕ ਪਾਤਸ਼ਾਹ ਦੀਆਂ ਨਜ਼ਰਾਂ ਦੇ ਅੰਦਰ ਸੱਚਾ ਸੌਦਾ ਕੀ ਸੀ? ਸੱਚਾ ਸੌਦਾ ਭੁੱਖੇ ਸਾਧੂ ਨੂੰ ਪ੍ਰਸ਼ਾਦਾ ਛਕਾਇਆ ਸੀ ਨਾ, ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾ ਲਿਖਾ ਦੇਣਾ, ਇਹ ਹੈ ਪਾਤਸ਼ਾਹ ਦੀਆਂ ਨਜ਼ਰਾਂ ਦੇ ਅੰਦਰ ਸੱਚਾ ਸੌਦਾ। ਤੇ ਮਰਨ ਤੋਂ ਬਾਅਦ ਫਿਰ ਪਤਾ ਕੀ ਕੀਤਾ ਜਾਂਦਾ ਪਰਿਵਾਰ ਵੱਲੋਂ? ਇੱਕ ਵਾਰ ਮੰਜਾ ਡਾਹਿਆ ਹੁੰਦਾ ਹੈ, ਬਿਸਤਰਾ ਸਰਾਣਾ, ਚਲੋ ਤੁਸੀਂ ਤੇ ਪੜ੍ਹੇ ਲਿਖੇ ਹੋ, ਪਿੰਡਾਂ ਦੇ ਵਿੱਚ ਵੇਖਦਾ ਮੰਜਾ ਬਿਸਤਰਾ ਜੁੱਤੀ ਬੜਾ ਕੁਝ ਰੱਖਿਆ ਹੁੰਦਾ, ਤੇ ਮੈਂ ਕਹਿੰਦਾ ਵੀ ਭਾਈ ਦੇ ਵਿੱਚ ਵੀ ਕੋਈ ਸੱਤ ਕਣ ਹੋਣੇ ਚਾਹੀਦੇ ਨੇ। ਭਾਈ ਕਹਿੰਦੇ ਬਾਪੂ ਦਾ ਇਕੱਲਾ ਮੰਜਾ ਬਿਸਤਰਾ ਹੀ ਸੀ, ਬਾਪੂ ਦਾ ਕੋਠਾ ਨਹੀਂ ਸੀ ਹੈਗਾ, ਬਾਪੂ ਦਾ ਕੋਈ ਕਿੱਲਾ ਖੰਡ ਜ਼ਮੀਨ ਨਹੀਂ ਸੀ ਹੈਗੀ, ਬਾਪੂ ਦਾ ਕੋਈ ਬੈਂਕ ਬੈਲੈਂਸ ਨਹੀਂ ਸੀ ਹੈਗਾ, ਇਕੱਲਾ ਮੰਜਾ ਦੇਖ ਕੇ ਕਮਾਲ ਹੋ ਗਈ। ਜਾਂ ਤੇ ਭਾਈ ਦੇ ਅੰਦਰ ਵੀ ਥੋੜ੍ਹੀ ਜਿਹੀ ਗੱਲ ਹੋਣੀ ਚਾਹੀਦੀ ਹੈ ਨਾ। ਹੁਣ ਵੇਖੋ ਜਦੋਂ ਪਰਿਵਾਰ ਦਾ ਕੋਈ ਜੀ ਚੜਾਈ ਕਰਦਾ, ਪਰਿਵਾਰ ਦੀਆਂ ਸਾਰੀਆਂ ਬੀਬੀਆਂ ਬੰਦੇ ਆਹ ਦਵਾਈ ਵੀ ਉੱਥੇ ਸਾੜ ਦਿਆ ਜੇ, ਆਹ ਵੀ ਰੱਖ ਦਿਆ ਜੇ, ਆਹ ਕੱਪੜੇ ਵੀ ਨਾਲ ਹੀ ਬਾਲ ਦਿਆ ਜੇ, ਤੇ ਜਦੋਂ ਸੋਨੇ ਦੀਆਂ ਛਾਪਾਂ ਕੜੇ ਹੁੰਦੇ ਕਹਿੰਦੇ ਲਾ ਲਓ ਇਹ, ਲਾ ਲਓ ਇਹ ਬਾਪੂ ਦੀ ਨਿਸ਼ਾਨੀ ਹੈ। ਮੈਂ ਕਹਿੰਦਾ ਵੀ ਕੱਪੜੇ ਕੁੜਤਾ ਪਜਾਮਾ ਉਹਦੀ ਨਿਸ਼ਾਨੀ ਨੀ, ਉਹਦੀ ਜੁੱਤੀ ਉਹਦੀ ਨਿਸ਼ਾਨੀ ਨਹੀਂ, ਉਹ ਸਾੜ ਦੋ। ਗੁਰੂ ਸਵਾਰੇ ਨਾ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਨਿਕਲੀਏ, ਨਰੋਲ ਗੁਰਮਤ ਅਨੁਸਾਰ ਆਪਣਾ ਜੀਵਨ ਬਸਰ ਕਰੀਏ। ਸਮਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ, ਹੋਲੀ ਬੁਲਾਰੇ ਆਏ ਨੇ। ਮੈਂ ਕਹਿੰਦਾ ਵੀ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਮਾਪਿਆਂ ਨੂੰ ਸਾਂਭੋ, ਇਹੋ ਅਸਲੀ ਬਾਪੂ ਜੀ ਨੂੰ ਸ਼ਰਧਾਂਜਲੀ ਹੋਵੇਗੀ। ਬੜੀ ਸੋਹਣੀ ਆਰਜਾ ਭੋਗ ਕੇ ਸੰਸਾਰ ਤੋਂ ਗਏ ਨੇ, ਦੁੱਖ ਵਾਲੀ ਕੋਈ ਗੱਲ ਨਹੀਂ, ਜਾਣਾ ਸਭ ਨੇ, ਜਾਣਾ ਸਭ ਨੇ, ਪਰ ਜਿਹੜਾ ਕੋਈ ਭੋਗ ਕੇ ਆਪਣੇ ਬੱਚਿਆਂ ਦੀ ਵਧੀਆ ਤਰੀਕੇ ਨਾਲ ਪਰਵਰਿਸ਼ ਕਰਕੇ ਜਾਂਦਾ ਹੈ, ਉਹਨਾਂ ਦੇ ਜਾਣ ਦੀ ਮੈਂ ਕਹਿੰਦਾ ਵੀ ਇੱਕ ਖੁਸ਼ੀ ਹੋਣੀ ਚਾਹੀਦੀ। ਸੋ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਹੋ ਜਾਂਦੀਆਂ ਨੇ। ਗੁਰੂ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਧੰਨਵਾਦ ਆਪ ਸਰਬੱਤ ਸੰਗਤ ਦਾ ਜਿਨ੍ਹਾਂ ਨੇ ਬੜੀ ਏਕਾਗਰਤਾ ਦੀ ਰਾਤ ਬਖਸ਼ੀ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੀ ਹਜ਼ੂਰੀ ਦੇ ਵਿੱਚ ਕੁਝ ਕਹਿਣ ਦੀ ਸਮਰੱਥ ਬਖਸ਼ੀ। ਭਾਈ ਪਰਮਜੀਤ ਸਿੰਘ ਜੀ ਫਾਜ਼ਿਲਕੇ ਵਾਲੇ, ਕਾਫੀ ਦਿਨਾਂ ਦੀ ਜਿੱਦਣ ਦੇ ਬਾਪੂ ਜੀ ਦੀ ਡੈਥ ਹੋਈ ਉਦਣ ਦੇ ਮਗਰ ਲੱਗੇ ਸਨ, ਤੁਸੀਂ ਜ਼ਰੂਰ ਆਉਣਾ ਹੈ, ਹਾਜ਼ਰੀ ਭਰਨੀ ਹੈ। ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਦਾਰ ਕਰਵਾਏ। ਅੰਤ ਖਿਮਾ ਦੀ ਅਸੀਸ ਬਖਸ਼ਦੇ ਹੋਏ ਗੁਰਫਤਿਹ ਦੀ ਸਾਂਝ ਪਾਓ। ਸਰਬੱਤ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਆਪ ਜੀ ਨਾਲ ਗੁਰਬਾਣੀ ਬਚਨਾਂ ਦੀ ਔਰ ਇਤਿਹਾਸ ਦੀਆਂ ਗੀਤਾਂ ਦੀ ਸਾਂਝ ਪਾ ਕੇ ਜਿੱਥੇ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉੱਥੇ ਬਹੁਤ ਹੀ ਜਿਹੜੀਆਂ ਆਪਣੇ 'ਚ ਪੂਰਨਤਾਈਆਂ ਆ ਗਈਆਂ, ਉਹਨਾਂ ਨੂੰ ਵੀ ਪੂੰਜਾ ਫੇਰਨ ਦਾ, ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਅਤੇ ਸਾਨੂੰ ਸਾਰਿਆਂ ਨੂੰ ਜੋ ਬਚਨ ਗੁਰੂ ਚਰਨਾਂ ਦੇ ਵਿੱਚ ਇਹਨਾਂ ਨੇ ਕਹੇ ਨੇ ਉਹਨਾਂ 'ਤੇ ਚੱਲਣ ਦਾ ਉੱਦਮ ਉਪਰਾਲਾ ਸਤਿਗੁਰੂ ਜੀ ਬਖਸ਼ਿਸ਼ ਕਰਨ। ਜੋ ਅਗਲੀ ਬੇਨਤੀ ਹੈ, ਹੁਣ ਮਹੱਲਾ ਤੀਜਾ ਰੰਗ ਇੱਕ ਓਅੰਕਾਰ ਨੂੰ ਸਤਿਗੁਰ ਪ੍ਰਸਾਦ ਰੰਗ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾ ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਧਾਈਆਂ
राग रतन परवार परिया शब्द गावण माई शब्दो दगावो हरि केरा मन जमी वसा कह नानक रंगो हुआ सतगुरु मैं पाए ए मानो मेरा तू सदा रहो हरदारी अकाल रहो तो मानो मेरे दुख सावी सार तेरा कारज सब सवार सब ना गला समरथ स्वामी सो क्यों मनो विसार कह नानक मानो मेरे सदा रहो हरदारी साचे साहेबा क्या नारी करते करता तेरा सब कुछ है जिस दे सो पावे सदा सिरत सलाह तेरी नाम मन वसारी नाम जिनका मन वसिया वाजे शब्द करे कह नानक सच्चे साहेब क्या जल भुखा सा भगवाई प्रसाद सुख मन आए वसिया जिन इच्छा सा भगवाई सदा कुर्बान किता गुरु विखा जिसिया ये वडियाई कह नानक सुनो संतो शब्द करो के साचा नाम मेरा आधारो वाजे पंच शब्द कर सपागे कर सपाग शब्द वाजे कला जित करता पंच दूत दवास कीते काल कंटक मारिया तुर कर्म पाया तुद दिन को ते नारस को हुआ कित कर अनाद वारी आनंद सुनो बट पापियो सगल मनोर सूरे दुख रोग संता उतरे सुनी सच्ची वाणी संत साजन पै सरसे पूरे गुरते सुनते पुनीत करते पवित सतगुर रहे आपर पूरे निरवंत नानक गुर चरण लागे बाजे अनहद तू सुनते पुनीत कहते पवित सतगुर आपर पूरे निरवंत नानक गुर चरण लागे बाजे अनहद दूरे वाहिगुरु जी का खालसा वाहिगुरु जी की फतेह श्री भगवती जी सहाय वाह श्री भगवती जी की पातशाही दसवीं प्रथम भगवती सिंह गुरु नानक लई त्याए फिर अंगद गुर ते अमरदास रामदास सहमी सहाय अर्जन हर गोबिंद नाम सिमरो श्री हर राय श्री हर कृष्ण त्याई है जिस डिठे सब कुछ जाए तेग बहादुर सिमरै कर नौंद आवै ताए सब थाई कोई सहाय दसवें पातशाह साहिब श्री गुरु गोबिंद सिंह जी महाराज सरबत थाई हुई सहाय दसों पातशाहियां की जो धन धन साहिब श्री गुरु ग्रंथ साहिब जी के पाठ दीदार का ध्यान करके बोलो जी वाह जपियां तपियां जिन्ना नाम जपिया वंड के सकिया देख चलाई देख वाही देख के अनंदस कीता तिना प्यारियां सच्चियारियां दी कमाई दा ध्यान करके खालसा जी साहिब बोलो जी वाहे गुरु जिन्ना सिंघा सिंघणियां ने धर्म हेठ सिह दित्ते सिंघणियां ते चढ़ियारियां नाल चलवाएंगे गुरुद्वारियां दी सेवा संभाल हेठ कुर्बानियां कीतियां धर्म नहीं हारिया सिखी के सवासा संग निभाई तिन्हां दी कमाई दा ध्यान करके खालसा जी साहिब बोलो जी वाहे गुरु ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਸਤਿ ਸੁਖੋਈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਵੱਲੋਂ ਜੀ ਵਾਹੇ ਗੁਰੂ ਸਿੱਖਾਂ ਨੂੰ ਸਿੱਖੀ ਦਾਨ ਤੀਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਤਾ ਦਾਨ ਪ੍ਰਸਾਦ ਦਾਨ ਦਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਆਡਾ ਧਰਮ ਕਾ ਜੈ ਜੈਕਾਰ ਮਤ ਉੱਚੀ
ਮੱਧ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਤਿੰਨਾਂ ਦੇ ਖੁੱਲੇ ਦਰਸ਼ਨ ਦੀ ਦਾਨ ਤੇ ਸੇਵਾ ਸਮਾਜ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਜੀ। ਖੇਡ ਮਾੜਿਆਂ ਦੇ ਮਾਨ ਸਤਿਗੁਰ, ਨੇਤਾਣਿਆਂ ਦੇ ਤਾਨ, ਨਿਓਪਿਆਂ ਦੇ ਉਠ ਗੁਰੂ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਗੁਰੂ, ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋ ਵੀ ਹੈ ਸਤਿਗੁਰ ਜੀ। ਜਿੰਦਰ ਸਿੰਘ ਜੀ, ਸਤਿਗੁਰੂ ਜੀ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਿਛਲੇ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਨੇ, ਪਰਿਵਾਰ ਨੂੰ ਸਦੀ ਵੀ ਵਿਛੋੜਾ ਦੇ ਗਏ ਨੇ। ਉਹਨਾਂ ਦੇ ਨਿਮਿਤ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਰੂਹ ਦੇ ਭਲੇ ਵਾਸਤੇ ਆਪਣੇ ਗ੍ਰਹਿ ਵਿਖੇ ਤੁਰਕੀ ਬਾਣੀ ਆਈ ਤੇ ਸਰਲੀ ਚਿੰਤਾਈ ਦੇ ਸ੍ਰੀ ਖੜਪੜ ਸਾਹਿਬ ਜੀ ਕੇ ਪੜ੍ਹ ਆਰੰਭ ਕਰਵਾਏ ਸਨ। ਅੱਜ ਦੀ ਆਪ ਜੀ ਦੀ ਮਿਹਰ ਦਾ ਸਦਕਾ ਸੰਪੂਰਨ ਹੋ ਪਏ ਨੇ। ਪਰੰਤ ਗੁਰਦੁਆਰਾ ਸਾਹਿਬ ਵਿਖੇ ਆਪ ਜੀ ਦੀ ਹਜ਼ੂਰੀ ਵਿਖੇ ਹਰ ਜਸ ਕੀਰਤਨ ਗਾਇਨ ਹੋਏ ਜੀ, ਕਥਾ ਵਿਚਾਰਾਂ ਹੋਈਆਂ, ਸਤਿਗੁਰ ਜੀਓ ਅਨੰਦ ਸਾਹਿਬ ਦੀਆਂ ਸਹਿ ਪੌੜੀਆਂ ਦੇ ਪਾਠ ਹੋਏ, ਬਾਣੀ ਪੜ੍ਹਦੇ ਹਾਂ, ਅਰਦਾਸ ਬੇਨਤੀ ਕਰਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾ ਕਰਦੇ ਹਾਂ। ਸਤਿਗੁਰ ਜੀ ਆਪ ਜੀ ਦੇ ਬੱਚਿਆਂ ਤੋਂ ਅਨੇਕਾਂ ਹੀ ਗਲਤੀਆਂ ਭੁੱਲਾਂ ਹੋ ਗਈਆਂ, ਬੱਚੇ ਜਾਂ ਸਮੂਹ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਜੋ ਜੀ ਸਜੇ ਸੋ ਆਪ ਜੀ ਦਾ ਪਵਿੱਤਰ ਨਾਮ, ਵਾਹਿਗੁਰੂ 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 ਜਪੇ ਜੀ ਸਤਿਗੁਰ ਜੀਓ, ਕਿਰਪਾ ਕਰੋ ਸ੍ਰੀ ਪਾਵਨ ਪਵਿੱਤਰ ਨਾਮੇ ਬਖਸ਼ੋ, ਹੁਕਮਾਂ ਦੇ ਚੱਲਣ ਦੀ ਸੋਝੀ ਸਮਰੱਥਾ ਨਾ ਬਖਸ਼ੋ। ਸਹੀ ਜਨ ਮਿਲੋ ਜਿਨ੍ਹਾਂ ਨੂੰ ਮਿਲ ਕੇ ਆਪ ਜੀ ਦਾ ਨਾਮ ਜਿੱਤਿਆ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕੀਤੇ ਜੋ ਮਨ ਕੋਈ ਨੋਚੈ, ਉਹ ਜੀ ਸ਼ਬਦ ਮੈਂ ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਛੋ ਨ ਬੂਝੈ, ਲਾਲਚ ਕਰੇ ਜੀਵਨ ਪਦ ਕਾਰਨਾ, ਲੋਚਣ ਕਛੋ ਨ ਸੂਝੈ, ਕਹਿਤ ਕਬੀਰ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾਂ, ਪ੍ਰਭ ਕੀ ਸ਼ਰਣ ਸਗਲ ਪਹਿਲਾ ਥੇ, ਦੁਖ ਬਿਨ ਸਹਿ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ, ਸੁਖ ਪਾਇਆ ਦਿਆਲ ਹੋਆ ਪਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ ਰਹਾਉ। ਸਤਿਗੁਰ ਨਾਮ ਨਿਦਾਨ ਦਿੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਵਿਨਾਸੀ, ਤਾਂ ਕੋ ਵਿਗੜ ਨ ਕੋ ਲਾਗੈ, ਜੋ ਸਤਿਗੁਰ ਆਪਣਾ ਰਾਖੇ, ਚਰਨ ਕਮਲ ਵਸੇਰਿਤ ਅੰਤਰ, ਅੰਮ੍ਰਿਤ ਹਰ ਰਸ ਚਾਖੇ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾਂ ਕੈ ਬਲਿਹਾਰ, ਜਿਨ ਪੂਰਨ ਪੈਜ ਰਖਾਈ, ਕਰ ਸੇਵਾ ਸੇਵਕ ਪ੍ਰਭ ਆਪਣੇ,
ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਪੂਰੀ ਸਦੀ ਵੱਡਿਆਂ ਤੋਂ ਸਿੱਖਿਆ ਲੈ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਨੇਕ ਕਮਾਈ ਕਰਦਿਆਂ ਬਤੀਤ ਕੀਤੀ, ਸੋ ਸਮਾਂ ਆਣ ਬਣਿਆ ਵਾਹਿਗੁਰੂ ਦੇ ਚਰਨਾਂ ਵਿੱਚ ਜਾਪ ਰਾਜੀ ਆਤਮਾ ਸਤਿਕਾਰਯੋਗ ਸਰਦਾਰ ਜੋਗਿੰਦਰ ਸਿੰਘ ਸਾਹਿਬ ਜੀ ਉਹਨਾਂ ਦੀ ਸੰਖੇਪ ਜਾਣਕਾਰੀ ਜੋ ਬਹੁਤ ਹੀ ਸਤਿਕਾਰਯੋਗ ਸਰਦਾਰ ਆਤਮਾ ਸਿੰਘ ਸਾਹਿਬ ਜੀ ਦੇ ਵੱਡੇ ਸਪੁੱਤਰ ਸਨ, ਉਹਨਾਂ ਦੇ ਦੋ ਭਾਈ ਸਾਹਿਬ ਸਰਦਾਰ ਪ੍ਰਤਾਪ ਸਿੰਘ ਸਾਹਿਬ ਜੀ, ਸਰਦਾਰ ਮੋਹਨ ਸਿੰਘ ਸਾਹਿਬ ਜੀ, ਦੋ ਭੈਣਾਂ ਸਨ ਜਿਨ੍ਹਾਂ ਦੇ ਵਿੱਚੋਂ ਬੀਬੀ ਪ੍ਰੀਤਮ ਕੌਰ ਜੀ ਗਿੱਦੜ ਪਿੰਡੀ ਸਾਡੇ ਸਤਿਕਾਰਯੋਗ ਤਾਈ ਜੀ। ਸੋ ਵਾਹਿਗੁਰੂ ਕਿਰਪਾ ਕਰੇ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਬਰਖਰ ਦਾ ਸਪੁੱਤਰ ਮੇਰੇ ਵੱਡੇ ਵੀਰ ਭਾਈ ਸਾਹਿਬ ਭਾਈ ਮੱਖਣ ਸਿੰਘ ਸਾਹਿਬ ਜੀ, ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਔਰ ਸਤਿਕਾਰਯੋਗ ਸਰਦਾਰ ਅਮਰੀਕ ਸਿੰਘ ਸਾਹਿਬ ਜੀ, ਉਹਨਾਂ ਦੀਆਂ ਲੀਹਾਂ 'ਤੇ ਚੱਲ ਕੇ ਉਹਨਾਂ ਦੇ ਕੋਲੋਂ ਸਿੱਖਿਆਵਾਂ ਲੈ ਕੇ ਜਿੱਦਾਂ ਜਿੱਦਾਂ ਦਾ ਵੀ ਉਹਨਾਂ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਸਿੱਖਿਆਵਾਂ ਦਿੱਤੀਆਂ ਔਰ ਸਭ ਤੋਂ ਵੱਡੀ ਸਿੱਖਿਆ ਕਿ ਹਰ ਇੱਕ ਦੇ ਨਾਲ ਮਿੱਤਰਤਾ ਪਾਉਣੀ, ਹਰ ਇੱਕ ਦੇ ਨਾਲ ਪਿਆਰ ਕਰਨਾ ਔਰ ਦੀਨ ਦੁਖੀ ਦੀ ਸੇਵਾ ਦੇ ਵਿੱਚ ਹਰ ਵੇਲੇ ਹਾਜ਼ਰ ਰਹਿਣਾ ਇੱਕ ਬੜੀ ਵੱਡੀ ਮਿਸਾਲ ਹੈ ਮਨੁੱਖ ਦੇ ਜੀਵਨ ਦੀ। ਸਮਾਂ ਇੰਨਾ ਆਗਿਆ ਨਹੀਂ ਦਿੰਦਾ, ਸੋ ਅੱਜ ਉਹਨਾਂ ਦੀ ਅੰਤਿਮ ਅਰਦਾਸ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਵਿੱਚ ਜੋ ਪ੍ਰੋਗਰਾਮ ਪਰਿਵਾਰ ਨੇ ਬਣਾਇਆ ਅਤ ਸਲਾਘਾ ਯੋਗ ਹੈ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਇੰਨਾ ਸਮਾਂ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਵਿੱਚ ਕੀਰਤਨ ਹੋਣਾ, ਕਥਾ ਵਾਰਤਾ ਵਿਚਾਰਾਂ ਜਿਹੜੀਆਂ ਉਹ ਸੰਗਤ ਨੇ ਸਰਵਣ ਕਰਨੀਆਂ, ਚੰਗੇ ਵਿਦਵਾਨਾਂ ਨੇ ਆਉਣਾ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਗੁਰੂ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਇਹ ਤੋਂ ਵੱਡੀ ਅਟਲ ਸੱਚਾਈ ਕੀ ਹੈ? ਪੰਚਮ ਗੁਰਦੇਵ ਕਹਿੰਦੇ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਰੀਰ ਜਿਹੜਾ ਉਹ ਰਹਿਣਾ ਨਹੀਂ ਤੇ ਆਤਮਾ ਨੇ ਮਰਨਾ ਨਹੀਂ। ਇਸ ਕਰਕੇ ਕਰਮਾਂ ਵਾਲੇ ਉਹ ਜਿਹੜੇ ਲੋਕ ਸੰਸਾਰ ਦੇ ਵਿੱਚ ਆਪਣੇ ਗੁਰੂ ਪਿਤਾ ਦੇ ਹੁਕਮ ਅੰਦਰ ਵਿਚਰਦੇ ਨੇ, ਉਹਨਾਂ ਦੀ ਸੰਸਾਰ ਦੇ ਵਿੱਚ ਉਹ ਆਉਂਦੇ ਜ਼ਰੂਰ ਨੇ, ਜਾਂਦੇ ਨਹੀਂ, ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਉਹ ਦੁਨੀਆਂ ਵਿੱਚ ਰਹਿੰਦੀਆਂ ਨੇ, ਉਹ ਉਹਨਾਂ ਨੂੰ ਮਰਨ ਨਹੀਂ ਦਿੰਦੀਆਂ। ਸੋ ਇਸ ਤਰੀਕੇ ਦੇ ਨਾਲ ਹੁਣ ਅਸੀਂ ਬੇਨਤੀ ਕਰਨ ਜਾ ਰਹੇ ਹਾਂ। ਸਾਡੇ ਪਾਸ ਕੁਝ ਸੋਕ ਮਤੇ ਵੀ ਆ ਰਹੇ ਹਨ, ਸੋ ਉਹ ਵੀ ਅਸੀਂ ਪੜ੍ਹਾਂਗੇ, ਪਰ ਉਸ ਤੋਂ ਪਹਿਲਾਂ ਜੋ ਬੇਨਤੀ ਹੈ ਸਤ ਸੰਗਤ ਜੀ, ਅਸੀਂ ਸਭ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਸਾਹਿਬ ਜੀ ਹੁਣਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਦੋ ਮਿੰਟ ਵਾਸਤੇ ਸਟੇਜ 'ਤੇ ਆਉਣ। ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਸਾਹਿਬ ਜੀ ਉਹਨਾਂ ਦੇ ਜੀਵਨ ਸੰਬੰਧੀ, ਕਿਉਂਕਿ ਸਾਡੇ ਤੋਂ ਵੱਡੇ ਨੇ, ਬਹੁਤ ਸਮਾਂ ਉਹਨਾਂ ਨਾਲ ਸਾਂਝਾ ਨੇ ਇਹਨਾਂ ਦੀਆਂ। ਆਓ ਜੀ ਗੁਰੂ ਚਰਨਾਂ ਵਿੱਚ ਉਸ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਅਤੇ ਸੰਗਤ ਨੂੰ ਜੀਓ ਆਇਆਂ। ਮੈਂ ਇੱਕ ਵਾਰੀ ਫਤਿਹ ਦੁਬਾਰਾ ਬੁਲਾਵਾਂਗਾ ਤਾਂ ਕਿ ਸਾਰਿਆਂ ਦੀ ਹਾਲ ਦੀ ਸਤਿਗੁਰਾਂ ਦੇ ਦਰਬਾਰ 'ਚ ਲੱਗ ਜਾਵੇ। ਆਪਣੇ ਤਨ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀ ਭਰੀ ਹੈ। ਇੱਕ ਵਾਰੀ ਫਤਿਹ ਨੂੰ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਅੱਜ ਅਪਾਰ ਕਿਰਪਾ ਹੋਈ ਹੈ ਇਸ ਪਰਿਵਾਰ ਨੂੰ ਇੰਨੇ ਵੱਡੇ ਅਸਹਿ ਵਿਯੋਗ ਜੋ ਹੋਇਆ ਹੈ। ਇੱਕ ਸਰੀਰਕ ਤੌਰ 'ਤੇ ਬਾਪੂ ਸਰਦਾਰ ਜੋਗਿੰਦਰ ਸਿੰਘ ਜੀ ਸਰੀਰਕ ਤੌਰ 'ਤੇ ਵਿਛੋੜਾ ਲੈ ਕੇ ਚਲੇ ਗਏ ਹਨ, ਉਹ ਮੈਨੂੰ ਲੱਗਦਾ ਕਿ ਮੈਨੂੰ ਕਾਫੀ ਸਮਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ, ਮਿਲਣ ਦਾ ਬੜਾ ਮੌਕਾ ਮਿਲਿਆ। ਔਰ ਮੈਨੂੰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਬਹੁਤ ਸਾਰੀਆਂ ਗੱਲਾਂ ਉਹ ਆਪਣੀਆਂ ਅਕਸਰ ਕਰਦਿਆਂ ਕਰਦੇ ਸੀਗੇ। ਸੋ ਮੈਂ ਸਭ ਤੋਂ ਪਹਿਲਾਂ ਸਤਿਗੁਰਾਂ ਦਾ ਸ਼ੁਕਰਗੁਜ਼ਾਰ ਹਾਂ ਸਾਡੇ ਸਾਰਿਆਂ ਦੇ ਹਿਰਦਿਆਂ ਨੂੰ ਸ਼ਾਂਤੀ ਦੇਣ ਵਾਸਤੇ, ਚੜ੍ਹਦੀ ਕਲਾ ਵਾਸਤੇ ਆਪ ਸਾਰੇ ਇਕੱਤਰ ਹੋਏ ਹੋ। ਸ਼ਰਧਾਂਜਲੀ ਤਾਂ ਅਸੀਂ ਦੇ ਨਹੀਂ ਸਕਦੇ ਜਦੋਂ
ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ ਕੀਰਤਨ ਕਥਾ ਵਿਖਿਆਨ ਵਿਚਾਰ ਹੋ ਗਏ ਹੋਣ ਤਾਂ ਉਸ ਤੋਂ ਬਾਅਦ ਕੋਈ ਵੀ ਵੱਡੀ ਸ਼ਰਧਾਂਜਲੀ ਸ਼ਬਦਾਵਲੀ ਰਹਿ ਨਹੀਂ ਜਾਂਦੀ। ਸੋ ਸਭ ਤੋਂ ਪਹਿਲਾਂ ਸਾਡੇ ਪੂਜਨੀਕ ਮਾਤਾ ਚਰਨ ਕੌਰ ਜੀ ਜਿਨ੍ਹਾਂ ਦੀ ਬੇਨਤੀ ਨੂੰ ਆਪ ਪ੍ਰਵਾਨ ਕਰਕੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਔਰ ਸਹਿਦੋਵਾਲ ਪਿੰਡ ਦੇ ਬਹੁਤ ਸਾਰੇ ਪਤਵੰਤੇ ਸੱਜਣ ਹੋਰ ਆਸ ਪਾਸ ਪਿੰਡਾਂ ਦੇ ਲੋਕ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਆਪ ਪਹੁੰਚੇ ਹੋ। ਆਪ ਸਾਰਿਆਂ ਦਾ ਇੱਕ ਧਰਮ ਸਿਰ ਮੱਥੇ ਹੈ। ਆਪ ਪੂਜਨੀ ਬਹੁਤ ਸੰਤਾਂ ਦੇ ਯੋਗ ਹੋ, ਹਾਜ਼ਰੀਆਂ ਭਰੀਆਂ ਹਨ। ਸੋ ਆਪ ਜੀ ਨੇ ਇਲਾਹੀ ਬਾਣੀ ਦੇ ਕੀਰਤਨ ਜੋ ਹਜ਼ੂਰੀ ਰਾਗੀ ਜਥੇ ਪਾਸੋਂ ਸਰਵਣ ਕੀਤੇ ਉਹ ਵੀ ਸੰਤਾਂ ਦੇ ਯੋਗ ਨੇ, ਉਹਨਾਂ ਦੀ ਵੀ ਵਿਆਖਿਆ ਕੀਤੀ ਨਹੀਂ ਜਾ ਸਕਦੀ। ਜੋ ਸਾਡੇ ਪੂਜਨੀਕ ਹੁਣੇ ਕਥਾਵਾਚਕ ਨੇ ਜੋ ਆਪਣੀ ਜ਼ਿੰਦਗੀ ਦੇ ਵਿਚਾਰ ਜ਼ਿੰਦਗੀ ਦੇ ਵਿੱਚ ਐਡ ਕਰਕੇ ਮੈਂ ਆਪ ਜੀ ਯਾਦ ਕਰਾ ਦਾਂਗਾ ਕਿ ਉਹ ਨੂੰਹਾਂ ਦੇ ਪੁੱਤ ਧਰਮਤਾ ਦੇ ਯੋਗ ਨੇ, ਪੂਜਨੀਕ ਨੇ, ਜਿਹੜੇ ਆਪਣੇ ਸੱਸ ਸਹੁਰੇ ਦੀ ਮਾਂ ਬਾਪ ਦੀ ਸੇਵਾ ਕਰਦੇ ਨੇ। ਅਤੇ ਜਿਹੜੀ ਗੱਲ ਇਹਨਾਂ ਕਹੀ ਸੀ ਕਿ ਬਿਰਧ ਆਸ਼ਰਮ ਖੁੱਲ੍ਹੇ ਅਤੇ ਸਾਡੇ ਵੱਡੇ ਵੱਡੇ ਲੋਕਾਂ ਮੰਤਰੀਆਂ ਨੇ, ਜਥੇਦਾਰਾਂ ਨੇ, ਜਿਹਨਾਂ ਦਾ ਮੈਂ ਨਾਂ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਕਿਉਂਕਿ ਗੁਰੂ ਦੀ ਹਜ਼ੂਰੀ 'ਚੋਂ ਨਾਂ ਲੈਣ ਦੇ ਯੋਗ ਹੀ ਨਹੀਂ ਹੈਗੇ। ਔਰ ਜਿਨ੍ਹਾਂ ਨੇ ਉਹਨਾਂ ਨੇ ਬਿਰਧ ਆਸ਼ਰਮ ਦੇ ਉਦਘਾਟਨ ਕੀਤੇ ਤਾਂ ਅਖਬਾਰਾਂ 'ਚ ਵੱਡੀਆਂ ਵੱਡੀਆਂ ਫੋਟੋ ਆਈਆਂ, ਉਹਨਾਂ ਨੂੰ ਸ਼ਰਮ ਦੇ ਨਾਲ ਝੁੱਕ ਜਾਣਾ ਚਾਹੀਦਾ ਸੀ ਕਿ ਅਸੀਂ ਕਰਨ ਕੀ ਲੱਗੇ ਹਾਂ। ਉਹ ਬਜ਼ੁਰਗ ਮਾਂ ਬਾਪ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਇੱਕ ਇੱਕ ਦਿਨ, ਇੱਕ ਇੱਕ ਪਲ, ਇੱਕ ਮਾਂ ਦਾ ਦੇਣ, ਇੱਕ ਬੱਚਾ ਜ਼ਿੰਦਗੀ ਭਰ ਨਹੀਂ ਦੇ ਸਕਦਾ। ਅਤੇ ਅੱਜ ਉਹ ਬਜ਼ੁਰਗ ਮਾਂ ਬਾਪ ਨੂੰ ਜਿਨ੍ਹਾਂ ਬਿਰਧ ਆਸ਼ਰਮਾਂ 'ਚ ਭੇਜਿਆ ਜਾਂਦਾ, ਏਸੀ ਲਾਏ ਜਾਂਦੇ ਆ, ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ, ਇੱਕ ਲੋਕ ਵਿਖਾਵਾ ਹੈ। ਸਾਨੂੰ ਅੱਜ ਵੀ ਕੋਸ਼ਿਸ਼ ਕਰਨੀ ਚਾਹੀਦੀ ਆ, ਡੁੱਲਿਆ ਬੇਰਾਂ ਦਾ ਕਹਿੰਦੇ ਵਿਗੜਿਆ ਕੁਛ ਨਹੀਂ। ਅੱਜ ਵੀ ਇਹ ਸੰਗਤ ਆ, ਜੇ ਸਮਾਜ ਇਹ ਲੋਕ ਇਕੱਠੇ ਹੋ ਜਾਣ ਤੇ ਬਿਰਧ ਆਸ਼ਰਮ ਬੰਦ ਵੀ ਹੋ ਸਕਦੇ ਆ, ਕਿਉਂਕਿ ਉੱਥੇ ਗੁਰਦੁਆਰਾ ਸਾਹਿਬ ਚੱਲ ਸਕਦਾ, ਹੋਰ ਕਈ ਕੁਛ ਹੋ ਸਕਦੇ ਆ। ਮੈਂ ਵੀ ਇਸ ਵਿਸ਼ੇ 'ਤੇ ਨਹੀਂ ਜਾਣਾ ਚਾਹੁੰਦਾ। ਆਪ ਸਾਰਿਆਂ ਨੂੰ ਪਤਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ। ਸੋ ਆਪ ਇਹ ਮਾਤਾ ਚਰਨ ਕੌਰ ਜੀ ਅਤੇ ਸੱਚਖੰਡ ਵਾਸੀ ਬਾਪੂ ਜੋਗਿੰਦਰ ਸਿੰਘ ਜੀ ਬੜੇ ਪੂਜਨੀਕ ਸੰਤਾਂ ਦੇ ਯੋਗ ਨੇ। ਅਸਲ ਵਿੱਚ ਸਾਰਾ ਮਾਣ ਸਨਮਾਨ ਕ੍ਰੈਡਿਟ ਇਹਨਾਂ ਨੂੰ ਜਾਂਦਾ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੰਨੀ ਸਿੱਖਿਆ, ਇੰਨੀ ਹਲੀਮੀ, ਇੰਨੀ ਮਿਠਾਸ, ਇੰਨਾ ਮਿਲਵਰਤਨ, ਇੰਨਾ ਮਿੱਠ ਬੋਲੜੇ ਬਣਾ ਦਿੱਤਾ। ਸਾਰੇ ਮਾਂ ਬਾਪ 'ਚ ਕਦੇ ਇੱਦਾਂ ਦੇ ਹੋ ਜਾਣ ਤਾਂ ਸਾਡਾ ਪੰਜਾਬ ਦਾ ਇੱਕ ਨਕਸ਼ਾ ਹੀ ਅਲੱਗ ਹੋ ਸਕਦਾ ਹੈ। ਸਾਨੂੰ ਸਿੱਖਿਆ ਲੈਣ ਦੀ ਸਿਰਫ ਖਾ ਪੀ ਕੇ ਨਹੀਂ ਚਲੇ ਜਾਣਾ, ਇੱਕ ਸਿੱਖਿਆ ਲੈ ਕੇ ਜਾਣੀ ਕਿ ਅਸੀਂ ਵੀ ਆਪਣੇ ਮਾਂ ਬਾਪ ਦੀ ਸੇਵਾ ਇੱਦਾਂ ਹੀ ਕਰਨੀ ਆ, ਸੱਸ ਸਹੁਰੇ ਦੀ ਸੇਵਾ ਆਪਣੀ ਵੀ ਇੱਦਾਂ ਕਰਨੀ ਆ। ਅੱਜ ਕਰਾਂਗੇ ਨਹੀਂ, ਕੱਲ੍ਹ ਨੂੰ ਕਰਵਾਵਾਂਗੇ ਨਹੀਂ, ਅੱਜ ਅਸੀਂ ਨਹੀਂ ਕਰਨੀ, ਕੱਲ੍ਹ ਨੂੰ ਸਾਡੀ ਵੀ ਕਿਸੇ ਨੇ ਨਹੀਂ ਕਰਨੀ। ਬਿਰਧ ਆਸ਼ਰਮਾਂ 'ਚ ਉਹਨਾਂ ਬਿਰਧਾਂ ਨੇ ਗਾਂਹ ਚਲੇ ਜਾਣਾ ਅਤੇ ਸਾਡੀ ਵਾਰੀ ਵੀ ਉੱਥੇ ਹੀ ਆਉਣੀ ਹੈ ਜੇ ਅਸੀਂ ਆਪਣਿਆਂ ਨੂੰ ਤਬਦੀਲ ਨਾ ਕੀਤਾ ਤਾਂ। ਸੋ ਜਿਹੜੇ ਸਾਡੇ ਇਹ ਸੰਸਕਾਰ, ਜੋ ਚੰਗੇ ਕਰਮ, ਜੋ ਚੰਗੀ ਸਿੱਖਿਆ ਇਸ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਦਿੱਤੀ ਆ, ਅਸੀਂ ਵੀ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਇਸ ਮਾਰਗ 'ਤੇ ਤੋੜ ਲਈਏ, ਮੋੜ ਲਈਏ, ਤਾਂ ਕਿ ਸਮਾਜ ਵਿੱਚ ਤਬਦੀਲੀ ਆ ਜਾਵੇ। ਸੋ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਦਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨ ਚੇਤੇ ਸਨ ਸੋ ਗਾਲੀ ਰੱਬ ਕੀਆਂ, ਸਾਡੇ ਤੈ ਮਨ ਦਿਓਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਜ ਆਏ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਪ੍ਰੀਤਾ ਏ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ। ਇਹ ਜੋ ਅਮਲ ਇੱਕ ਅਮਲੀ ਜਾਮਾ ਪਹਿਨਾ ਕੇ ਆਪਣੀ ਜ਼ਿੰਦਗੀ ਜੀਵਨ ਸਫ਼ਰ ਨੂੰ ਸੰਪੂਰਨ ਕਰਕੇ ਬਾਪੂ ਜੋਗਿੰਦਰ ਸਿੰਘ ਜੀ ਗਏ ਆ, ਇੱਕ ਬੜੀ ਵੱਡੀ ਸੇਧ ਹੈ। ਸਾਨੂੰ ਨੇਕ ਕਮਾਈ ਕਰਨੀ, ਚੰਗਾ ਬੋਲ ਚਾਲ ਰੱਖਣਾ, ਇਸ ਜੀਵਨ ਦੇ ਇੱਕ ਇੱਕ ਪਲ ਨੂੰ ਸਤਿਗੁਰਾਂ ਦੇ ਨਾਲ ਜੋੜ ਕਰਕੇ ਸਫਲਾ ਕਰਨਾ। ਸੋ ਮੈਂ ਸਾਰੇ ਪਾਠੀ ਸਿੰਘ ਸਾਹਿਬਾਨ ਜਿੰਨਾ ਪਾਵਨ ਪਵਿੱਤਰ ਬਾਣੀ ਦੇ
ਅਖੰਡ ਪ੍ਰਸਾਦ ਕੀਤੇ, ਰਾਗੀ ਸਿੰਘ ਸਾਹਿਬਾਨ, ਕਥਾ ਵਾਚਕ ਸਾਹਿਬਾਨ, ਹੋਰ ਜੋ ਲੰਗਰ ਦੀਆਂ ਸੇਵਾਵਾਂ ਕਰ ਰਹੇ ਨੇ, ਜਿੰਨੇ ਵੀ ਪਰਮੇਸ਼ਰ ਦੇ ਪਿਆਰੇ ਸੰਗਤ ਵਿੱਚ ਸੰਤ ਅਮਰਦਾਸ ਸ਼ਾਮਿਲ ਹੋਏ ਹਨ, ਜੋ ਰਿਸ਼ਤੇਦਾਰ ਸਾਕ ਸੰਬੰਧੀ ਇਲਾਕਾ ਨਿਵਾਸੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਆਪਣੀ ਨਿੱਘੀ ਸਾਂਝ ਪਾਈ ਹੈ। ਸੋ ਆਪ ਸਾਰਿਆਂ ਨੇ ਪਰਮੇਸ਼ਰ ਦੇ ਦਾਤੇ ਅਰਦਾਸ ਬੇਨਤੀ ਕਰਕੇ ਜਾਣਾ, ਸੰਬਤ ਸਾਹਿਬ ਲਿਖਿਆ ਮਿਲ ਕਰ ਪਾਓ ਤੇਲ, ਦਿਓ ਸੱਜਣ ਸੀਸਰੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਭੁੱਲਾ ਚੁੱਕਾਂ ਦੀ ਮਾਫ਼ੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਰਮਾਂ ਵਾਲਿਓ, ਗੱਲਾਂ ਬਹੁਤ ਨੇ, ਸਮਾਂ ਆਪਣੇ ਕੋਲ ਥੋੜ੍ਹਾ ਹੈ। ਬਹੁਤ ਦੂਰ ਦੂਰ ਤੋਂ ਸੰਗਤ, ਏਡਾ ਵੱਡਾ ਇਕੱਠ, ਉਹਨਾਂ ਦੀ ਉਸ ਚੜ੍ਹਦੀ ਕਲਾ ਦਾ ਸਬੂਤ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਮਨੁੱਖਤਾ ਦੀ ਕੀਤੀ ਹੋਈ ਸੇਵਾ ਦਾ ਸਬੂਤ ਹੈ। ਬੇਨਤੀ ਕਰ ਜਾਵਾਂ, ਵਿਦਵਾਨ ਸੱਜਣ ਬੈਠੇ ਹੋ ਅਕਸਰ, ਕਿਉਂਕਿ ਭਾਈ ਸਾਹਿਬ ਹੋਣਾ ਕੋਲ ਜਦੋਂ ਵੀ ਜਲੰਧਰ ਚਲੇ ਜਾਈਏ ਜਾਂ ਇੱਥੇ ਵੀਰ ਜੀ ਹੋਣਾ ਕੋਲ ਵੱਡੇ ਭਾਅ ਜੀ ਕੋਲ ਆ ਜਾਈਏ, ਪਤਾ ਨਹੀਂ ਲੱਗਦਾ ਕਦੋਂ ਸਮਾਂ ਲੰਘ ਜਾਂਦਾ, ਨਾ ਆਉਣ ਦਿੰਦੇ ਨੇ ਨਾ ਆਉਣ ਨੂੰ ਜੀ ਕਰਦਾ। ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਕਰਮਾਂ ਵਾਲਿਓ, ਕਿਉਂਕਿ ਉਹਨਾਂ ਦੇ ਕੋਲੋਂ ਇਹਨਾਂ ਨੂੰ ਪਿਆਰ ਮਿਲਿਆ ਹੈ ਅਤੇ ਉਹ ਪਿਆਰ ਅਗਾਂਹ ਵੰਡਿਆ ਜਾ ਰਿਹਾ। ਮਹਾਤਮਾ ਬੁੱਧ ਨੇ ਵਰਤ ਰੱਖਿਆ, ਗਰਮੀਆਂ ਦੇ ਦਿਨ ਸੀ, 12 ਵਜੇ ਤੱਕ ਅੰਦਰ ਦੀ ਜਿਹੜੀ ਉਹ ਪਾਵਰ ਸੀ ਉਹ ਖਤਮ ਹੋ ਗਈ, ਬੇਹੋਸ਼ ਹੋ ਗਿਆ, ਧਰਤੀ 'ਤੇ ਡਿੱਗ ਪਏ। ਜੰਗਲ ਹੈ, ਕੋਈ ਬੰਦਾ ਮੱਝਾਂ ਚਾਰ ਰਿਹਾ, 12 ਸਾਲ ਦੀ ਬੇਟੀ ਪਿਓ ਦੀ ਰੋਟੀ ਲੈ ਕੇ ਤੁਰੀ ਜਾਂਦੀ, ਕੋਲ ਦੀ ਲੰਘੀ ਦੇਖਿਆ ਬੰਦਾ ਬੇਹੋਸ਼ ਆ, ਹੌਂਸਲਾ ਕੀਤਾ, ਮੂੰਹ ਖੋਲ੍ਹਿਆ, ਇੱਕ ਲੱਪ ਖੀਰ ਦੀ ਪਾ ਦਿੱਤੀ, ਪਦਾਰਥ ਅੰਦਰ ਗਿਆ, ਉਹਨੂੰ ਹੋਸ਼ ਆਈ, ਅੱਖਾਂ ਖੋਲ੍ਹੀਆਂ, ਦੇਖਿਆ ਖੀਰ ਜੰਗਲ ਵਿੱਚ, ਬੇਹੋਸ਼ ਬੰਦਾ, ਕਿਹਨੇ ਪਾਈ ਹੈ? ਉਹ ਲੜਕੀ ਤੁਰੀ ਜਾਂਦੀ, ਦੌੜਿਆ। ਮਹਾਤਮਾ ਬੁੱਧ ਨੇ ਜਾ ਕੇ ਭੈਣੋ ਵੀਰੋ ਦੇ ਚਰਨ ਫੜ ਲਏ, ਗੁਰੂ ਕੇ ਪਿਆਰ ਵਾਲਿਓ, ਪੁੱਛਦੀ ਹੈ ਬਾਬਾ ਐਡੀ ਬੰਦਗੀ ਵਾਲੀ ਤੂੰ ਆਤਮਾ ਹੈ, ਮੇਰੇ ਚਰਨ ਕਿਉਂ ਫੜੇ? ਕਹਿੰਦਾ ਬੰਦਗੀ ਤੇ ਬਹੁਤ ਕੀਤੀ ਹੈ, ਪਰ ਬੇਬੀ ਦੇਵੀ ਜ਼ਿੰਦਗੀ ਵਿੱਚ ਗਿਆਨ ਅੱਜ ਪਹਿਲੀ ਵਾਰ ਹੋਇਆ। ਪੁੱਛਿਆ ਇਹ ਗਿਆਨ ਕੀ ਆ? ਕਹਿੰਦਾ ਸਭ ਤੋਂ ਵੱਡਾ ਗਿਆਨ ਹੈ ਕਿ ਧਰਤੀ ਉੱਤੇ ਬੰਦਾ ਹੀ ਬੰਦੇ ਦਾ ਦਾਰੂ ਹੈ। ਆਖੋ ਸਤਨਾਮ। ਬੰਦਾ ਬੰਦੇ ਨੂੰ ਨਫ਼ਰਤ ਕਿਉਂ ਕਰ ਰਿਹਾ ਹੈ? ਕਾਰਨ ਕੀ ਹੈ? ਉੱਕੇ ਉੱਠ ਕੇ ਨਫ਼ਰਤ ਨੂੰ ਭਜਾ ਦੇਈਏ। ਬਾਬਾ ਨਾਮਦੇਵ ਜੀ ਨੇ ਉੱਤਰ ਦਿੱਤਾ ਹੈ ਨਾ, ਜਦੋਂ ਕਿਸੇ ਪੁੱਛਿਆ ਸੀ ਇਹ ਮਕਾਨ ਕਿਹਨੇ ਬਣਾਇਆ, ਮੈਂ ਸਮਾਂ ਨਹੀਂ ਤੁਹਾਡਾ ਲੈ ਰਿਹਾ, ਪਰ ਇਹੋ ਜਿਹਾ ਸਮਾਂ ਮਿਲਦਾ ਵੀ ਕਦੇ ਕਰਮਾਂ ਨਾਲ ਹੈ, ਧਿਆਨ ਦੇਣ ਦਾ ਯਤਨ ਕਰਿਓ। ਇੱਦਾਂ ਦੇ ਪਿਆਰੇ, ਉਹਨਾਂ ਆਖਿਆ ਮੇਥੋਂ ਪੁੱਛੇ ਗੁਆਂਢ ਨੇ ਗੂੜ ਗੱਲਾਂ, ਕੈਸਾ ਸਵਾਦ ਹੁੰਦਾ ਪੀਤੀ ਭੰਗ ਦਾ, ਇਹ ਲੋਭੀ ਲੋਕ ਨਹੀਂ ਉਹਦਾ ਵਸਾਹ ਕਰਦੇ, ਤਾਂਹੀਓ ਤੇ ਮਾਹੀ ਮੇਰਾ ਆਣੋ ਸੰਗਦਾ ਹੈ। ਉਹ ਤੇ ਲਾਲ ਦੇ ਵਾਂਗ ਗਲਾਲ ਹੁੰਦਾ, ਜਿਹੜਾ ਰੂਹ ਦੇ ਅੰਦਰ ਰੰਗਦਾ ਏ ਲੈਂਦਾ ਨਹੀਂ, ਗਵੰਡ ਨੇ ਪਾਈ ਪੈਸਾ ਬੇਡੀ ਪ੍ਰੀਤ ਮਜ਼ੂਰੀ ਦੀ ਮੰਗਦਾ ਏ। ਮੇਰੇ ਨਾਲ ਜਿਹਦਾ ਪਿਆਰ ਹੈ ਨਾ, ਜਿਹੜੇ ਕਾਰੀਗਰ ਨੇ ਮੇਰੀ ਛੰਨ ਬਣਾਈ ਆ, ਉਹ ਪਿਆਰ ਦਾ ਭੁੱਖਾ ਏ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਨਿਚੋੜ ਕੱਢ ਕੇ ਕਿਹਾ, ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਸੋ ਇਸ ਕਰਕੇ ਗੱਲਾਂ ਜਿੰਨੀਆਂ ਮਰਜ਼ੀ ਆਪਾਂ ਕਰ ਲਈਏ, ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ, ਅਤਿ ਸਤਿਕਾਰਯੋਗ ਵੀ ਬਲਵਿੰਦਰ ਸਿੰਘ ਸਾਹਿਬ ਜੀ, ਬੜੇ ਪਿਆਰ ਵਿੱਚ ਭੇਜ ਕੇ ਉਹ ਬਚਨ ਸਾਂਝੇ ਕਰਕੇ ਗਏ ਆ। ਸੋ ਅਸੀਂ ਮਾਫ਼ੀ ਚਾਹਾਂਗੇ, ਬੜੇ ਬੜੇ ਵਿਦਵਾਨ ਸੱਜਣ ਗੁਰਮੁਖ ਪਿਆਰੇ, ਗੁਰੂ ਚਰਨਾਂ ਨਾਲ ਪ੍ਰੀਤੀ ਪਾਉਣ ਵਾਲੇ, ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨਾਲ ਬਹੁਤ ਸਾਰੀਆਂ ਸਾਂਝਾਂ ਬਣਾਈਆਂ, ਸਾਡੇ ਪਾਸ ਆਏ ਨਹੀਂ, ਪਰ ਸਮਾਂ ਨਹੀਂ ਹੈ, ਇਸ ਕਰਕੇ ਮਾਫ਼ੀ ਚਾਹਾਂਗੇ। ਵਿਸ਼ੇਸ਼ ਤੌਰ 'ਤੇ ਧੰਨਵਾਦ ਅਤਿ ਸਤਿਕਾਰਯੋਗ ਸਰਦਾਰ ਸੁਰਜੀਤ ਸਿੰਘ ਸਾਹਿਬ ਜੀ ਟੁਰਨਾ ਸਾਹਿਬ ਪੰਜਾਬ ਰਾਜ ਬਿਜਲੀ ਬੋਰਡ, ਔਰ ਸਤਿਕਾਰਯੋਗ ਵੀਰ ਕਰਨ ਸਿੰਘ ਜੀ ਟੁਰਨਾ ਸਾਹਿਬ ਪੰਜਾਬ ਰਾਜ ਬਿਜਲੀ ਬੋਰਡ, ਇਹ ਵੀ ਵੱਡੇ ਵੱਡੇ ਬੁਲਾਰੇ ਨੇ, ਹੋਰ ਵੀ ਸੱਜਣ ਆਏ ਨੇ, ਮਾਫ਼ੀ ਚਾਹੁੰਦੇ ਹਾਂ ਗੁਰਮੁਖ ਪਿਆਰਿਓ। ਹੁਣ ਅਸੀਂ ਬੇਨਤੀ ਕਰਨ ਜਾ ਰਹੇ ਹਾਂ ਅਤਿ ਸਤਿਕਾਰਯੋਗ ਜੋਗਿੰਦਰ ਸਿੰਘ ਜੀ ਜੋਗੀ ਸਾਹਿਬ, ਕੇਵਲ 2 ਮਿੰਟ ਵਾਸਤੇ ਉਸ ਮਹਾਨ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਔਰ ਗੁਰੂ ਬਚਨਾਂ ਦੀ ਸਾਂਝ ਪਾਉਣਗੇ। ਆਓ ਜੀ, ਸਤਿਕਾਰਯੋਗ ਜੋਗਿੰਦਰ ਸਿੰਘ ਜੀ ਜੋਗੀ ਸਾਹਿਬ। ਸਰਵਰੇ ਕਾਇਨਾਤ ਦਸਾਂ ਗੁਰੂਆਂ ਦੀ ਜਾਗਤ, ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ, ਜੋ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਸਤਿਕਾਰਯੋਗ ਬਾਪੂ ਜੋਗਿੰਦਰ ਸਿੰਘ ਹੋਣਾ ਜੀ ਦੀ ਅੰਤਮ ਅਰਦਾਸ ਵਿੱਚ ਅਸੀਂ ਦੂਰੋਂ ਨੇੜੋਂ ਸਾਰੇ ਜੁੜ ਬੈਠੇ ਹਾਂ, ਉਹਨਾਂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੇ ਵਾਸਤੇ, ਔਰ ਜਿਹੜੇ ਪੂਰਨੇ ਪਾ ਕੇ ਗਏ, ਜਿਹੜੀਆਂ ਪੈੜਾਂ ਛੱਡ ਕੇ ਗਏ ਹੈ, ਉਹਨਾਂ ਨੂੰ ਆਪਣੇ ਮਨਾਂ ਵਿੱਚ ਸਦੀਵੀ ਵਸਾਉਣ ਦੇ ਵਾਸਤੇ ਆਪਾਂ ਸਾਰੇ ਜੁੜ ਬੈਠੇ ਹਾਂ। ਗੁਰਬਾਣੀ ਦਾ ਮਹਾਵਾਕ ਹੈ, ਮਰਨ ਲਿਖਾਈ ਮੰਡਲ ਮੈਂ ਆਏ। ਇਹ ਇੱਕ ਅਟਲ ਸੱਚਾਈ ਹੈ ਕਿ ਜਿਹੜਾ ਵੀ ਆਇਆ ਇਨਸਾਨ ਉਹਨੇ ਇਸ ਦੁਨੀਆਂ ਤੋਂ ਚਲੇ ਹੀ ਜਾਣਾ। ਔਰ ਅਕਸਰ ਅਸੀਂ
ਉਮਰਾਂ ਦੀ ਲੰਬਾਈ ਜਾਂ ਸਾਲਾਂ ਦੀ ਗਿਣਤੀ ਨਾਲ ਉਸ ਆਦਮੀ ਦੀ ਜ਼ਿੰਦਗੀ ਦੀ ਸਫਲਤਾ ਨੂੰ ਆਪਾਂ ਗਿਣਦੇ ਹਾਂ ਕਿ ਕੋਈ ਬੰਦਾ 90 ਸਾਲ ਦਾ ਹੋ ਕਹੇਗਾ, ਕੋਈ 100 ਸਾਲ ਦਾ, ਕੋਈ 40 ਸਾਲ ਦਾ, ਕੋਈ 70 ਸਾਲ ਦਾ। ਪਰ ਸਤਸੰਗਤ ਜੀ, ਮੇਰਾ ਇਹ ਮੰਨਣਾ ਕਿ ਕਿਸੇ ਬੰਦੇ ਦੀ ਜ਼ਿੰਦਗੀ ਦੀ ਜਿਹੜੀ ਸਫਲਤਾ, ਉਹਦੀ ਕਮਾਈ, ਉਹ ਇਸ ਗੱਲ ਤੋਂ ਮਾਪੀ ਜਾ ਸਕਦੀ ਹੈ ਕਿ ਆਪਣੇ ਪਿੱਛੇ ਕਿਸ ਤਰ੍ਹਾਂ ਦੀਆਂ ਸੁਨਹਿਰੀ ਪੈੜਾਂ, ਕਿਸ ਤਰ੍ਹਾਂ ਦੀਆਂ ਚੰਗੀਆਂ ਯਾਦਾਂ, ਔਰ ਪਿੱਛੇ ਕਿਸ ਤਰ੍ਹਾਂ ਦੀ ਫੁਲਵਾੜੀ ਛੱਡ ਕੇ ਗਿਆ। ਸਾਹ ਅਜੀਤ ਸਿੰਘ, ਸਰਦਾਰ ਮੱਖਣ ਸਿੰਘ, ਜਿਨ੍ਹਾਂ ਨਾਲ ਮੇਰਾ ਕਰੀਬ 25 ਸਾਲ ਤੋਂ ਇੱਕ ਐਸਾ ਪਰਿਵਾਰ ਵਾਲਾ ਰਿਸ਼ਤਾ ਬਣਿਆ, ਜਿਵੇਂ ਭਾਈ ਸਾਹਿਬ ਬੇਨਤੀ ਕਰਕੇ ਗਏ ਆ ਖਾਲਸਾ ਜੀ ਕਿ ਇਹਨਾਂ ਕੋਲ ਜਦੋਂ ਚਲੇ ਜਾਈਏ, ਇਹ ਸੱਚ ਦੀ ਗੱਲ ਹੈ ਕਿ ਆਉਣ ਨੂੰ ਜੀ ਨਹੀਂ ਕਰਦਾ, ਔਰ ਇੱਕ ਦੁਨਿਆਵੀ ਜੀਵਨ, ਜਦੋਂ ਵੀ ਮੈਨੂੰ ਵੀ ਕਦੀ ਮਨ ਵਿੱਚ ਇਸ ਤਰ੍ਹਾਂ ਦੀਆਂ ਕਈ ਵਾਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਨਿਰਾਸ਼ਾ ਹੁੰਦੀਆਂ, ਕੋਈ ਔਖੀ ਘੜੀ ਹੁੰਦੀ ਹੈ, ਤਾਂ ਯਕੀਨ ਮੰਨਦੇ ਹੋ ਗੁਰੂ ਸਾਹਿਬ ਦੀ ਹਾਜ਼ਰੀ 'ਚ ਗੱਲ ਕਰ ਰਿਹਾ ਕਿ ਸਾਹ ਅਜੀਤ ਸਿੰਘ ਬੱਟੂ ਦੇ ਕੋਲ ਜਦੋਂ ਜਾਈਦਾ ਤਾਂ ਰਾਤ ਦੇ ਭਾਵੇਂ 12 ਵੱਜ ਜਾਣ, ਮਨ ਕਰਦਾ ਕਿ ਅਜੇ ਹੋਰ ਬੈਠੇ ਰਹੀਏ, ਜਿਵੇਂ ਇੱਕ ਪੋਜ਼ਿਟਿਵ ਐਨਰਜੀ ਇਹਨਾਂ ਦੇ ਕੋਲੋਂ ਮਿਲਦੀ ਹੈ, ਔਰ ਜਿੰਨੀ ਨਿਮਰਤਾ, ਜਿੰਨੇ ਹਲੀਮੀ ਦੇ ਪੁੰਜ, ਔਰ ਮੈਂ ਸਮਝਦਾ ਇਹ ਸਾਰੀ ਸਿੱਖਿਆ ਸਾਰੀ ਇਹਨਾਂ ਨੂੰ ਵਿਰਸੇ ਵਿੱਚੋਂ ਮਿਲੀ ਹੈ। ਔਰ ਕਿਸੇ ਇਨਸਾਨ ਦੇ ਸਾਥ ਸੰਗ ਜੋ ਜ਼ਿੰਦਗੀ ਦੇ ਤਿੰਨ ਜਿਹੜੇ ਮੁੱਖ ਮਰਲੇ, ਤਿੰਨ ਮੰਜ਼ਿਲਾਂ, ਤਿੰਨ ਪੜਾਅ, ਕਿ ਸਭ ਤੋਂ ਪਹਿਲਾਂ ਬਾਪੂ ਜੋਗਿੰਦਰ ਸਿੰਘ ਉਹਨਾਂ ਨੇ ਆਪਣੇ ਮਾਪਿਆਂ ਦੇ ਚੰਗੇ ਸਪੁੱਤਰ ਹੋਣ ਦਾ ਇਹ ਸਬੂਤ ਦਿੱਤਾ, ਚੰਗੇ ਸਪੁੱਤਰ ਹੋ ਕੇ ਉਹਨਾਂ ਦੀ ਸੇਵਾ ਕੀਤੀ ਆ, ਉਹਨਾਂ ਤੋਂ ਚੰਗੇ ਸੰਸਕਾਰ ਲਏ, ਔਰ ਉਸ ਤੋਂ ਬਾਅਦ ਇੱਕ ਚੰਗੇ ਜੀਵਨ ਸਾਥੀ ਹੋਣ ਵਜੋਂ ਆਪਣੇ ਜੀਵਨ ਸਾਥ ਨਾਲ, ਆਪਣੀ ਧਰਮ ਪੱਧਤੀ ਦੇ ਨਾਲ ਜੋ ਧਰਮ ਨਿਭਾਇਆ, ਔਰ ਉਹ ਤੋਂ ਬਾਅਦ ਕਿਸੇ ਵੀ ਇਨਸਾਨ ਦਾ ਜਿਹੜਾ ਆਖਰੀ ਪੜਾਅ ਗਿਣਿਆ ਜਾਂਦਾ ਜ਼ਿੰਦਗੀ ਦਾ, ਇੱਕ ਚੰਗੇ ਬਾਪ, ਚੰਗੇ ਪਿਤਾ ਵਜੋਂ, ਔਰ ਚੰਗੇ ਪਿਤਾ ਵਜੋਂ ਆਪਣੇ ਬੱਚੇ ਨਾ ਜਾਵਾਂ, ਆਪਾਂ ਜਿੰਨੇ ਵੀ ਸਰਦਾਰ ਮੱਖਣ ਸਿੰਘ ਨੂੰ, ਸਾਹ ਅਜੀਤ ਸਿੰਘ ਹੋਣਾ ਨੂੰ ਤੇ ਇਹਨਾਂ ਦੇ ਪਰਿਵਾਰ ਦੇ ਸਾਰੇ ਜੀਆਂ ਨੂੰ ਜਾਣਦੇ ਹਾਂ ਕਿ ਕਿਸ ਸਿੱਖਿਆ ਦੇ ਵਿੱਚੋਂ ਇਹਨਾਂ ਦੀ ਪਰਵਰਿਸ਼ ਹੋਈ ਹੈ, ਇਹਨਾਂ ਦਾ ਸਰਵਾਈਵਲ ਹੋਇਆ। ਸੋ ਐਸੇ ਸੰਸਕਾਰ ਔਰ ਐਸਾ ਪਿਆਰ ਜਿਹੜਾ ਬਾਪੂ ਜੋਗਿੰਦਰ ਸਿੰਘ ਜੀ ਪਿੱਛੇ ਛੱਡ ਕੇ ਗਏ ਹੈ, ਮੈਂ ਸਮਝਦਾ ਕਿ ਵਿਰਲੇ ਹੀ ਪਰਿਵਾਰਾਂ ਵਿੱਚ ਇਹ ਜਿਹੜੀ ਗੱਲ ਮਿਲਦੀ ਆ। ਔਰ ਮੇਰੇ ਤੋਂ ਪਹਿਲਾਂ ਸਰਦਾਰ ਬਲਵਿੰਦਰ ਸਿੰਘ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਉਹ ਗੱਲ ਮੈਂ ਸਮਝਦਾ ਹਰ ਮੰਚ ਤੇ ਸਾਂਝੀ ਕੀਤੀ ਜਾਣੀ ਜ਼ਰੂਰੀ ਹੈ ਕਿ ਅੱਜ ਸਮਾਜ ਦੇ ਵਿੱਚ ਜੋ ਬਿਰਧ ਘਰ ਜਾਂ ਬਿਰਧ ਆਸ਼ਰਮ ਬਣ ਰਹੇ ਆ, ਉਹ ਸਾਡੇ ਸਮਾਜ ਦੇ ਉੱਤੇ ਬਹੁਤ ਵੱਡਾ ਬਦਨਮਾ ਧੱਬਾ, ਬਦਨਮਾ ਦਾਗ ਹੈ। ਔਰ ਅੱਜ ਦਾ ਜਿਹੜਾ ਯੁੱਗ, ਕਿਉਂਕਿ ਬੱਚਿਆਂ ਤੋਂ ਬਜ਼ੁਰਗਾਂ ਨੂੰ ਇੱਕੋ ਹੀ ਆਸ ਹੁੰਦੀ ਕਿ ਜਦੋਂ ਅਸੀਂ ਵਡੇਰੀ ਉਮਰ 'ਚ ਜਾਵਾਂਗੇ ਸਾਡੀ ਸਭ ਸਵਾਲ ਕਰ ਲੈਣਗੇ, ਔਰ ਅੱਜ ਇਹਨਾਂ ਬਿਰਧ ਆਸ਼ਰਮਾਂ ਦਾ ਬਣਨਾ ਸਾਡੇ ਸਮਾਜ ਦੇ ਵਾਸਤੇ ਬਹੁਤ ਹੀ ਘਾਤਕ ਹੈ। ਔਰ ਮੈਂ ਸਮਝਦਾ ਕਿਸੇ ਵੀ ਮਨੁੱਖ ਦੀ ਅੰਤਮ ਅਰਦਾਸ ਤੇ ਜਾਂਦੇ ਹਾਂ, ਭੋਗ ਤੇ ਜਾਂਦੇ ਹਾਂ ਤੇ ਬੜਾ ਕੁਝ ਸਿੱਖਣ ਨੂੰ ਮਿਲਦਾ, ਔਰ ਇਸ ਅੰਤਮ ਅਰਦਾਸ ਤੇ ਆ ਕੇ ਘੱਟੋ ਘੱਟ ਸਾਧ ਸੰਗਤ ਜੀਓ, ਖਾਸ ਤੌਰ ਤੇ ਮੈਂ ਨੌਜਵਾਨਾਂ ਨੂੰ ਤੇ ਬੀਬੀਆਂ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਘਰਾਂ ਦੇ ਵਿੱਚ ਜਿਹੜਾ ਬਜ਼ੁਰਗਾਂ ਦਾ ਸਤਿਕਾਰ ਘਟਦਾ ਜਾ ਰਿਹਾ, ਸਤਿਕਾਰ ਹੀ ਨਹੀਂ ਨਿਰਾਦਰ ਇੰਨਾ ਹੋ ਰਿਹਾ, ਉਹਨਾਂ ਦੀ ਸਾਂਭ ਸੰਭਾਲ ਉਹਦੇ ਕੋਲੋਂ ਹੀ ਉਹਨਾਂ ਦਾ ਜਿਹੜਾ ਸਤਿਕਾਰ ਇੰਨਾ ਘਟ ਚੁੱਕਾ ਕਿ ਅੱਜ ਇਹੋ ਜਿਹੇ ਘਰ ਬਣਾਉਣੇ ਪੈ ਰਹੇ ਆ। ਸੋ ਬਾਪੂ ਜੋਗਿੰਦਰ ਸਿੰਘ ਜੀ ਦੁਨੀਆਂ ਤੋਂ ਤਾਂ ਬੇਸ਼ੱਕ ਚਲੇ ਗਏ ਸਰੀਰਕ ਤੌਰ ਤੇ, ਪਰ ਆਪਣੇ ਪਿੱਛੇ ਇੱਕ ਮਿਸਾਲ ਛੱਡ ਗਏ ਕਿ ਨੂੰਹਾਂ ਹੋਣ ਤੇ ਇਸ ਤਰ੍ਹਾਂ ਦੀਆਂ ਹੋਣ, ਪੁੱਤਰ ਹੋਣ ਤੇ ਇਸ ਤਰ੍ਹਾਂ ਦੇ ਹੋਣ, ਪੋਤਰੇ ਹੋਣ ਤੇ ਇਸ ਤਰ੍ਹਾਂ ਦੇ ਹੋਣ। ਸੋ ਅੱਜ ਆਪਣੀ ਜਥੇਬੰਦੀ ਵੱਲੋਂ, ਕਿਉਂਕਿ ਮੈਨੂੰ ਯਾਦ ਹੈ ਸਨ 90 ਜਾਂ 91 ਤੋਂ ਜਦੋਂ ਦੇ ਇਹ ਜਲੰਧਰ ਆਏ ਆ, ਉਦੋਂ ਤੋਂ ਸਾਡਾ ਇੱਕ ਪਰਿਵਾਰ ਵਾਲਾ ਪਿਆਰ, ਔਰ ਬਤੌਰ ਸਾਡੀ ਜਥੇਬੰਦੀ ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਦੇ ਬਤੌਰ ਕੌਮੀ ਮੀਤ ਪ੍ਰਧਾਨ ਉਦੋਂ ਤੋਂ ਸੇਵਾ ਨਿਭਾ ਰਹੇ ਆ, ਔਰ ਅੱਜ ਤੱਕ ਮਾਲਕ ਦੀ ਇੰਨੀ ਬਖਸ਼ਿਸ਼ ਤੇ ਓਨਾ ਹੀ ਵੱਡਾ ਜਿਗਰਾ ਸੇਵਾ ਕਰਨ ਦਾ ਇਹਨਾਂ ਨੂੰ ਮਿਲਿਆ। ਸੋ ਆਪਣੇ ਵੱਲੋਂ, ਆਪਣੀ ਜਥੇਬੰਦੀ ਵੱਲੋਂ ਅੱਜ ਦੇ ਇਸ ਦੁੱਖ ਭਰੀ ਘੜੀ ਵਿੱਚ, ਕਿਉਂਕਿ ਮਾਪੇ ਭਾਵੇਂ 100 ਸਾਲ ਦੇ ਹੋ ਜਾਣ, ਕਿਸੇ ਦਾ ਛੱਡਣ ਨੂੰ ਜੀ ਨਹੀਂ ਕਰਦਾ। ਸੋ ਅੱਜ ਇਸ ਪਰਿਵਾਰ ਦੇ ਵਾਸਤੇ ਬਹੁਤ ਹੀ ਵੱਡੀ ਦੁੱਖ ਦੀ ਘੜੀ ਹੈ ਕਿ ਇਸ ਪਰਿਵਾਰ ਦਾ ਉਹ ਬਜ਼ੁਰਗ ਜਿਹਨੇ ਅੱਜ ਇਸ ਪਰਿਵਾਰ ਨੂੰ ਆਪਣੀ ਇੱਕ ਬੋੜ ਵਾਲੀ, ਇੱਕ ਪਿੱਪਲ ਵਾਲੀ ਸੰਘਣੀ ਛਾਂ ਦੇ ਥੱਲੇ ਚੰਗੇ ਸੰਸਕਾਰ ਦੇ ਕੇ ਚੰਗੇ ਇਨਸਾਨ ਬਣਾਇਆ, ਆਪਣੇ ਪਿੱਛੇ ਇੱਕ ਐਸੀ ਫੁਲਵਾੜੀ ਛੱਡ ਕੇ ਗਏ ਆ ਕਿ ਜਿਹਦੀ ਖੁਸ਼ਬੂ ਪੂਰੇ ਇਲਾਕੇ ਵਿੱਚ ਹੈ। ਅੱਜ ਕਪੂਰਥਲੇ ਤੋਂ ਹੀ ਨਹੀਂ, ਜਲੰਧਰ ਤੋਂ ਵੀ ਓਨੀ ਸੰਗਤ ਆਉਣੀ ਜਿੰਨੀ ਸੰਗਤ ਅੰਦਰ ਬੈਠੀ ਹੈ, ਤੋਂ ਦੁੱਗਣੀ ਸੰਗਤ ਬਾਹਰ ਬੈਠੀ ਹੈ, ਇਹ ਇਸ ਗੱਲ ਦਾ ਜਾਮਨ ਹੈ ਕਿ ਇਸ ਪਰਿਵਾਰ ਨੇ ਸੰਗਤ ਦੇ ਵਿੱਚ ਪਿਆਰ ਕਮਾਇਆ। ਸੋ ਆਪਣੇ ਵੱਲੋਂ, ਆਪਣੀ ਜਥੇਬੰਦੀ ਵੱਲੋਂ
ਅੱਜ ਦੀ ਇਸ ਦੁੱਖ ਘੜੀ ਦੇ ਵਿੱਚ ਬਾਪੂ ਜਗਿੰਦਰ ਸਿੰਘ ਦੀ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਔਰ ਅਰਦਾਸ ਕਰਦੇ ਹਾਂ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਜਿਹੜੀਆਂ ਲੀਹਾਂ ਜਿਹੜੀਆਂ ਪਹਿਣਾ ਜਿਹੜੀ ਸੋਚ ਜਿਹੜਾ ਵਿਰਸਾ ਛੱਡ ਕੇ ਗਏ ਆ ਉਸੇ ਸੋਚ ਦੇ ਪਰਿਵਾਰ ਇਸੇ ਤਰ੍ਹਾਂ ਚੱਲਦਾ ਸਮਾਜ ਦੀ ਕੌਮ ਦੀ ਦੇਸ਼ ਦੀ ਸੇਵਾ ਕਰਦਾ ਰਹੇ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਨ ਹੈ ਕਿਸਾਨ ਸਿੰਘ ਜੀ ਜੋਗੀ ਸਾਹਿਬ ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਬਹੁਤ ਬਹੁਤ ਵੀਰ ਜੀ ਧੰਨਵਾਦ ਬੜੇ ਵੱਡੇ ਵਿਚਾਰ ਨੇ ਤੁਹਾਡੇ ਮਨੁੱਖ ਦੇ ਕੋ ਬੋਲ ਕੀ ਆ ਮਨੁੱਖ ਦੇ ਕੋਲ ਕੀ ਆ ਤੇ ਮਨੁੱਖ ਨੇ ਦਿੱਤਾ ਕੀ ਹੈ ਇਹਨਾਂ ਤਿੰਨ ਗੱਲਾਂ ਦੇ ਉੱਤੇ ਸੋ ਪਹਿਲਾ ਜੋ ਸੋਕ ਮਤਾ ਹੈ ਕਰਮਾਂ ਵਾਲੇ ਉਹ ਹੈਲਥ ਕੇਅਰ ਸੁਸਾਇਟੀ ਰਜਿਸਟਰਡ ਜਲੰਧਰ ਵੱਲੋਂ ਸੋਕ ਸੰਦੇਸ਼ ਹੈਲਥ ਕੇਅਰ ਸੁਸਾਇਟੀ ਜਲੰਧਰ ਵੱਲੋਂ ਵਿਛੜੀ ਆਤਮਾ ਲਈ ਸੋਕ ਦਾ ਪ੍ਰਗਟਾਵਾ ਕੀਤਾ ਜਾਂਦਾ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਤੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਅਤੇ ਉਹਨਾਂ ਦੀਆਂ ਲੀਹਾਂ ਤੇ ਚੱਲਣ ਦਾ ਦਾਤਾ ਜੀ ਉਦਮ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਹੈਲਥ ਕੇਅਰ ਸੁਸਾਇਟੀ ਰਜਿਸਟਰਡ ਜਲੰਧਰ ਵੱਲੋਂ ਉਸ ਤੋਂ ਉਪਰੰਤ ਜ਼ਿਲ੍ਹਾ ਖੇਤਰੀਆ ਟਾਂਗ ਸਭਾ ਰਜਿਸਟਰਡ ਜਲੰਧਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਖੇਤਰੀਆ ਟਾਂਗ ਸਭਾ ਜਲੰਧਰ ਸਵਰਗਵਾਸੀ ਸਰਦਾਰ ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਵਿਛੜੀ ਹੋਈ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਲੀਹਾਂ ਉੱਤੇ ਚੱਲਣ ਦਾ ਸਤਿਗੁਰੂ ਜੀ ਉਦਮ ਉਪਦੇਸ਼ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਰਣਜੀਤ ਸਿੰਘ ਜੀ ਕਰੀਰ ਅਤੇ ਸਮੂਹ ਮੈਂਬਰਾਂ ਬਹੁਤ ਬਹੁਤ ਧੰਨਵਾਦ ਜੀ ਅਸੀਂ ਧੰਨਵਾਦ ਕਰ ਰਹੇ ਹਾਂ ਸ਼ਤੀਸ਼ ਗੋਗੀ ਜੀ ਜੋ ਸਾਡੇ ਸਤਿਕਾਰਯੋਗ ਕੇ ਡੀ ਭੰਡਾਰੀ ਸਾਹਿਬ ਜੀ MLA ਜਲੰਧਰ ਤੋਂ ਉਹਨਾਂ ਦੇ PA ਸਾਹਿਬ ਨੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਿੰਨੇ ਵੀ ਗੁਰਮੁਖ ਪਿਆਰੇ ਸੱਜਣ ਬੀਬੀਆਂ ਭੈਣਾਂ ਵੀਰ ਭਰਾ ਤੁਸੀਂ ਆਏ ਹੋ ਸਭ ਦਾ ਭਾਈ ਧੰਨਵਾਦ ਬੇਨਤੀ ਕਰਦਾ ਜਾਵਾਂ ਸਮਾਂ ਅੱਗਿਆ ਨਹੀਂ ਦਿੰਦਾ ਬੜੇ ਬੜੇ ਵਿਦਵਾਨ ਬੁਲਾਰੇ ਜਿਨ੍ਹਾਂ ਦੇ ਕੋਲੋਂ ਅਸੀਂ ਬੜਾ ਕੁਝ ਗ੍ਰਹਿਣ ਕਰਦੇ ਹਾਂ ਸਿੱਖਣ ਨੂੰ ਮਨ ਕਰਦਾ ਹੈ ਇਹੋ ਜਿਹੀਆਂ ਸਮਾਗਮਾਂ ਦੇ ਵਿੱਚ ਪਰ ਸਮਾਂ ਅੱਗਿਆ ਨਹੀਂ ਦਿੰਦਾ ਇਸ ਕਰਕੇ ਆਪ ਜੀ ਪਾਸੋਂ ਮਾਫੀ ਚਾਹੁੰਦੇ ਹਾਂ ਕੇਵਲ 2 ਮਿੰਟ ਵਾਸਤੇ ਉਹਨਾਂ ਦੇ ਸਤਿਕਾਰਯੋਗ ਭਰਾਤਾ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਚਰਨਾਂ ਦੇ ਵਿੱਚ ਸੀਸ ਝੁਕਾਉਣਗੇ ਤੇ ਉਹਨਾਂ ਨੂੰ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਸਾਹਿਬ ਜੀ ਕੇਵਲ 2 ਮਿੰਟ ਵਾਸਤੇ ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ ਜੋ 2 ਮਿੰਟ ਦਾ ਸਮਾਂ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਸਭ ਸਮਾਜ ਦੇ ਜੀਵ ਹਾਂ ਤੇ ਜੀਵਾਂ ਵਿੱਚੋਂ ਵੀ ਉੱਤਮ ਜੀਵ ਮਨੁੱਖ ਅਤੇ ਇਸਤਰੀ ਹੈ ਡਿਵੈਲਪਮੈਂਟ ਜਿੰਨੀ ਤਰੱਕੀ ਇਸਨੇ ਕੀਤੀ ਜਾਂ ਕਰਨੀ ਹੈ ਸਭ ਡਿਪੈਂਡ ਕੁਦਰਤ ਨੇ ਇਹਨੂੰ ਸਾਰੇ ਅਧਿਕਾਰ ਦੇ ਸ਼ੱਕ ਦੀ ਗੱਲ ਨਹੀਂ ਇਹ ਦੁਨੀਆਂ ਦੇ ਵਿੱਚ ਕੀੜੇ ਵੀ ਹੈ ਪੰਛੀ ਵੀ ਹੈ ਜਾਨਵਰ ਵੀ ਹੈ ਪਰ ਜੋ ਥਿੰਕਿੰਗ ਪਾਵਰ ਜੋ ਬ੍ਰੇਨ ਆਦਮੀ ਅਤੇ ਇਸਤਰੀ ਨੂੰ ਰੱਬ ਨੇ ਦਿੱਤਾ ਹੈ ਉਹ ਦੂਜੀਆਂ ਜੀਵਾਂ ਨੂੰ ਨਹੀਂ ਦਿੱਤਾ ਮੇਰੇ ਵੱਡੇ ਭਰਾ ਸੀ ਸਾਰਿਆਂ ਤੋਂ ਵੱਡੇ ਸੀ ਅਸੀਂ 2 ਭੈਣਾਂ ਅਤੇ 3 ਭਰਾ ਹੈ ਇਹ ਸਾਰਿਆਂ ਤੋਂ ਵੱਡਾ ਸੀ ਇਸ ਦਾ ਜਨਮ 20 ਅਪ੍ਰੈਲ 1918 ਨੂੰ ਹੋਇਆ ਮੈਨੂੰ 1 ਮਈ ਨੂੰ ਪਤਾ ਲੱਗਿਆ ਮੇਰੇ ਪੁੱਤਰ ਕਹਿੰਦੇ ਤਾਇਆ ਜੀ ਪੂਰੇ ਹੋ ਗਏ ਮੈਂ ਕਿਹਾ ਉਹਨਾਂ ਦੀ ਉਮਰ 98 ਸਾਲ 13 ਦਿਨ ਪੂਰੀ ਉਹਨਾਂ ਦੇ ਵਿੱਚ ਅਸਲ 'ਚ ਕਈ ਗੁਣ ਸੀ ਇਹ ਸ਼ਰਧਾਂਜਲੀ ਦਾ ਮਤਲਬ ਹੀ ਦਰਅਸਲ ਇਹ ਹੈ ਲੋਕ ਸ਼ਰਧਾਂਜਲੀ ਐਵੇਂ ਜ਼ਰੂਰ ਦੀ ਗੱਲ ਸਮਝਦੇ ਸ਼ਰਧਾਂਜਲੀ ਜ਼ਰੂਰ ਦੀ ਗੱਲ ਨਹੀਂ ਹੁੰਦੀ ਸ਼ਰਧਾਂਜਲੀ ਦਾ ਮਤਲਬ ਇਹ ਹੁੰਦਾ ਜਿਹੜਾ ਮਨੁੱਖ ਸਾਡੇ ਕੋਲੋਂ ਚਲਾ ਗਿਆ ਉਹਦੇ 'ਚ ਕਿਹੜੇ ਗੁਣ ਸੀ ਜਿਹੜੇ ਜੀਵਤ ਲੋਕ ਉਹਤੋਂ ਪ੍ਰਾਪਤ ਕਰ ਸਕਦੇ ਇਹਦਾ ਮਤਲਬ ਸ਼ਰਧਾਂਜਲੀ ਤਾਂ ਉਹਦੇ ਵਿੱਚ ਤਾਂ ਬਹੁਤ ਗੁਣ ਸੀ ਮੈਂ ਮੇਰਾ ਉਹ ਭਰਾ ਸੀ ਅਸੀਂ 1 ਮਾਂ ਦੇ ਜਾਏ ਸੀ ਫਿਰ ਅਸੀਂ 1 ਘਰ ਦੇ ਵਿੱਚ ਹੀ 20-25 ਸਾਲ ਰਹੇ ਹੋਵਾਂਗੇ ਜਦੋਂ ਕਿਤੇ ਆਪੋ ਆਪਣੀ ਫੈਮਿਲੀ ਬਣੀ ਤਾਂ ਹੀ ਵੱਖ ਹੋਏ ਹੋਵਾਂਗੇ ਤੋ ਮੈਂ ਇਹ ਮੇਰਾ ਵੱਡਾ ਸੀ ਭਰਾ ਇਹ ਉਹ ਮੇਰੇ ਭਰਾ ਉਹ ਹੁਣ ਜਿਹੜੇ ਇੱਥੇ ਬੈਠੇ ਆ ਉਹ ਮੇਰੇ ਤੋਂ 4 ਸਾਲ ਵੱਡੇ ਆ ਇਹ ਮੇਰੇ ਤੋਂ 14 ਸਾਲ ਵੱਡਾ ਸੀ
मैं इन्हों दोनों भरावान का निजी तौर पर बहुत धन्यवाद करता। वो इसलिए कि अज तो 65 साल पहले पढ़ाई का रवाज ही नहीं सी, जे सी तो सिटिया में या टाउना में सी, विलेज में तो है ही ना सी। पर मैं एक लागे स्कूल से प्रायमरी कसोचाल उत्थे भी 3 किलोमीटर जाना पैंदा सी पेढ़ी जमात वाले, तो कोई कारण नहीं सी कि 6-7 साल का बच्चा चले जाए। जो 8 या 10 साल का बच्चा होंदा सी उदों वो स्कूल माँ पे करदी सी। इन्हां दोनों भरावां ने मेरी बड़ी मदद की, मेरे पिता जी दसदे हुंदे सी कि तैनू भी पढ़, इन्हां नू ये प्यार दा तौर ते पढ़िया सी, जद ये जीम गाप नू दाल रे पाउंदा सी उर्दू जे, मैं भी उर्दू दीआं 13-14 जमातां पढ़िया, तो मैनू बड़ी खुशी हुंदी सी। पर यह उर्दू का भी फिर इस तो बिना इन्होंने ये मेरी मदद की कि मैं पढ़ने पाता ये आप 4 जमातें पढ़ के हट गया। दूआ भरा जिहड़ा सी उहनू मेरे माता पिता जी घल्लदे रहे कि तू पढ़ पढ़, वो पढ़िया ही उहनू उन्होंने आप दे जद्दी काम विच पाता, और जद्दी काम विच जो काफ़ी माहर एक्सपर्ट होया। तो इन्होंने ये की मेरी मदद, मैं शायद हो सकता है कि अज तो 65 साल पहले 15-20 पिंड पहला मैट्रिकुलेट होवां, इन्हां दी मेहरबानी दोनों की। वो इदा कि मैं पढ़ने पाया, तो माता पिता जी उस वे याद रखना 1950-52 की गल है कि 2 आने दिहाड़ी होंगे सी, 2 आने का मतलब 12 पैसे। मैं तुम्हें समाजिक गल भी कुछ दसूँगा। तो वो 1.5 रुपया मेरी फीस 9वीं-10वीं की मैं रणदीप तो की, 8 किलोमीटर पैदल ही जाना, टिब्बिया 8 की आना उन्हें कदे नहीं, और कोई है ही नहीं सी लागे तो सब पंडा। तो इन्होंने यह मदद की कि कहते पिता जी हूँ ये हुशियार है मोहन सोह, ये मास्टर कहते हैं भी उर्दू भी बहुत आता, इन अंग्रेजी भी बहुत आती है, तो तुम इन पढ़ाई दे। तो इन्होंने ये मेहरबानी सी, मैं उस समय मैट्रिक की अज तो 65 साल पहले, उस मगरों भी मैं पढ़िया, चलो आनर्स की थी। लेकिन मैं इन्हों का बहुत धन्यवाद, इन्हों का जन्म 1900 मैं उन्हें दसिया 18 में होया, 10 साल के होंगे 28 साल से इन्हों की एजुकेशन हुई होगी, एजुकेशन से 9-4 जमातों की होंगी सी प्रायमरी, तो इन्होंने की होगी 32 जबकि मेरा अपना जन्म 32। तो इन्होंने इस तो मगरों फिर शहरटा लाहौर का बड़ा नाम लेते होंगे उदों ये काम कर उसे जाते इन्हों का विह 1948 में होया, क्योंकि पार्टीशन हुई, पार्टीशन के 40-50 लाख लोग उस पंजाब के इधर आ गए, इधर ले उधर चले गए। वो जिन्हों दिन धीं जवाना से उन्होंने फिर इदा क्या भी साढ़े कोल तो कुछ है नहीं, तो मैं इन्होंने फिर रिश्ता साढ़े मामा जी ने कराया, उन्होंने सारे दिए जिन्होंने बहुत ही वधिया अपने आदमी दा रल के सेवा की और वो बराबर काम किया। तो इन्हों का मैं धन्यवाद करता। सो क्योंकि टाइम काफा हो गया, सो वाहेगुरु जी का खालसा वाहेगुरु जी की फतेह। आओ वीर जी सत्कार योग वड्डे भाई मखण सिंह जी गुरु चरणों में आ जाओ। असी कोटला हीरां वाले परिवार मोहन सिंह साहब जी को बेनती करते हैं वो दस्तार की जो रस्म है वो करन जी, देग वरताई जा रही है परिवार वालों 1100 रुपया गुरु घर कोच फैक्टरी, 1100 रुपया गुरु घर पिंड सैदोवाल, 1100 रुपया मंदिर कोच फैक्टरी वास्ते, ये 3 जगह 1100-1100 रुपया मालिक इन्होंने खजाने भरपूर करे जी। प्रसाद वरताया जा रहा है, दस्तार की जो रस्म हो रही है इस तो अलावा केवल दस्तम की करनी सात संगत जी। हाँ जी सिर ते रख दियो जी, सिर ते रख दियो। बोले सो निहाल सारिया का धन्यवाद जी, प्रसाद लेके जाना जी, सारिया गुरु का लंगर सारिया छक के जाना जी, सारी संगत का धन्यवाद। वाहेगुरु जी का खालसा वाहेगुरु जी की फतेह। सतनाम वाहे गुरु, सतनाम वाहे गुरु, सतनाम। नहीं ब्रेक होती मैं लग गया।
ਵੇ ਸਾਹਿਬ ਕਪੜੇ ਕਪੜਾ ਮੋਲਣ ਵਾਲਾ ਹਾਂ ਬਸ ਡਾਕਟਰ ਸਾਹਿਬ ਤੋਂ ਫਿਰ ਉਹ ਕਹਿੰਦੇ ਤੋਂ